ਹਾਜ਼ਰ ਚੰਚਦਾ ਵਿਚਾਰ ਸਾਥੀ ਸ਼ਰਗਲ ਜੀ ਤੁਸੀਂ ਪ੍ਰਾਈਮ ਸ਼ਟਲ ਵੀਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਹਰ ਰੋਸ ਦੀ ਤਰ੍ਹਾਂ ਖਬਰਾਂ ਬਹੁਤ ਸਾਰੀਆਂ ਨੇ ਨਾਲ ਜਿਨ੍ਹਾਂ ਦੇ ਪਿਛਲੇ 7 ਵਰਿਆਂ ਤੋਂ ਪ੍ਰੋਗਰਾਮ ਕਰਦੇ ਉਹ ਵੀ ਨੇ ਉਹ ਇਧਰਲੇ ਪਾਸੇ ਬੈਠੇ ਹਾਲੇ ਹੱਸੀ ਜਾਂਦੇ ਨੇ ਕੈਮਰਾ ਕੱਲਾ ਮੇਰੇ ਤੇ ਆ ਪਰ ਗੱਲ ਇਹ ਆ ਵੀ ਮੈਨੂੰ ਚੱਜਦਾ ਵਿਚਾਰ ਇੱਕ ਸੁਝਿਆ ਕਿ ਵਕਤ ਤੋਂ ਪਹਿਲਾਂ ਬੋਲੇ ਗਏ ਸ਼ਬਦ ਤੇ ਵਕਤ ਤੋਂ ਪਹਿਲਾਂ ਤੋੜੇ ਗਏ ਫਲ ਵਕਤ ਤੋਂ ਪਹਿਲਾਂ बोले गए शब्द ਤੇ ਵਕਤ ਤੋਂ ਪਹਿਲਾਂ ਤੋੜੇ ਗਏ ਫਲ ਦੋਵੇਂ ਵਿਅਰਥ ਹੁੰਦੇ ਆ ਦੋਵਾਂ ਦਾ ਕੋਈ ਮੁੱਲ ਨਹੀਂ ਹੁੰਦਾ ਦੋਨਾਂ ਦੇ ਵੱਲ ਕੋਈ ਗੌਰ ਨਹੀਂ ਕਰਦਾ ਨਾ ਫਲ ਦੀ ਕੋਈ ਕਦਰ ਪੈਂਦੀ ਆ ਤੇ ਨਾ ਉਹਨਾਂ ਬੋਲਾਂ ਦੀ ਉਹਨਾਂ ਸ਼ਬਦਾਂ ਦੀ ਕੋਈ ਕਦਰ ਪੈਂਦੀ ਆ ਸ਼ਬਦ ਤੁਹਾਡੇ ਮੂੰਹ ਦੇ ਵਿੱਚੋਂ ਨਿਕਲਦੇ ਕਿਹੜੇ ਆ ਤੇ ਕਿੰਨੇ ਆ ਤੇ ਕਿਹੜੇ ਮੌਕੇ ਤੇ ਆ ਤੇ ਤੁਹਾਡੇ ਕੋਲੇ ਸ਼ਬਦ ਭੰਡਾਰ ਹੈ ਕਿਹੋ ਜਿਹਾ ਇਹ ਗੱਲਾਂ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਬਿਲਕੁਲ ਵਿਚਾਲੇ ਬੈਠੇ ਹੁੰਨੇ ਕਈਆਂ ਦੇ ਜਾਤਾ ਫਿਰ ਬੰਦਾ ਕਹੋਗਾ ਥੋੜਾ ਜਿਹਾ ਹੋਰ ਬੋਲ ਤੇ ਜਾਂ ਕਹੋਗਾ ਯਾਰ ਚੁੱਪ ਕਰ ਜਾ ਕਿਉਂ ਸਿਰ ਖਾਦਾ ਸਿਰ ਖਾਦਾ ਵਾਲਾ ਨਹੀਂ ਬੰਨਾ ਕੁਝ ਹੋਰ ਸੁਣਾ ਇਹ ਗੱਲ ਖਵਾਉਣੀ ਆ ਹੁਣ ਕਰਦੇ ਹਾਂ ਸਵਾਗਤ ਸਤਿ ਸ਼੍ਰੀ ਅਕਾਲ ਟਾਣਾ ਕੀ ਹਾਲ ਹੈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਕਿਵੇਂ ਚੱਲ ਰਹੀ ਐ ਜ਼ਿੰਦਗੀ ਚੜਦੀ ਕਲਾ ਜ਼ਿੰਦਗੀ ਟਾਣਾ ਜੀ ਸਾਹਿਬ ਮੌਸਮ ਫੇਰ ਇੱਕਦਮ ਬਦਲ ਗਿਆ ਪਤਾ ਨਹੀਂ ਲੱਗਿਆ ਕੀ ਹੋ ਗਿਆ ਹਾਂ ਗਰਮੀ ਫੇਰ ਹੋਗੀ ਤੋਂਪੇ ਨਹੀਂ ਤਿੱਖੀ ਪਰ ਇਹ ਥੋੜੇ ਕ ਚਰਦੇ ਲਈ ਆ ਜੀ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਬਦਲੀ ਆਊਗੀ ਹੂੰ ਜਿਵੇਂ ਜਿਨੇ ਮੇਰੇ ਕਰਨ ਦਰਜਨ ਆਉਣਗੇ। ਹਾਏ। ਅਸਮਾਨ ਕਿਸੇ ਨਾ ਚਿਰਚ ਘਰਾਂਗੇ ਦਰਜਨ। ਹਾਂ। ਦਰਤੀ ਕਿਛਾਤੀ ਫਗੜ ਕਰਾਂਗੇ। ਉਵੇਂ ਆਉਣਗੇ। ਜੀ ਬਿਲਕੁਲ ਉਵੇਂ ਆਉਣਗੇ। ਪਰ ਅੱਜ ਕੱਲ ਤਾਂ ਨਾ ਮੋਬਾਈਲਾਂ ਤੇ ਸੁਨੇਹੇ ਆਉਂਦੇ ਨੇ ਟਾਣਾ ਸਾਹਿਬ ਕਿ ਆਉਂਦੇ 3 ਘੰਟਿਆਂ ਦੇ ਵਿੱਚ ਹਲਕੀ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਊਗਾ। ਯਾ ਬਹੁਤ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਕੱਲ ਸੁਨੇਹੇ ਆਉਣ ਲੱਗ ਗਏ ਮੋਬਾਈਲਾਂ ਦੇ ਤੇ ਤੁਹਾਨੂੰ ਵੀ ਆਉਂਦੇ ਨੇ? ਮੈਨੂੰ ਕਦੇ-ਕਦੇ ਹੀ ਆਉਂਦੇ ਪਰ ਮੈਂ ਕਦੇ ਗੌਰ ਹੀ ਨਹੀਂ ਕੀਤੀ। ਅੱਛਾ ਜੀ। ਮੇਰੇ ਕੋਲ ਤਾਂ ਚੱਜਦੇ ਸੁਨੇਹੇ ਹੀ ਰਹਿ ਜਾਂਦੇ ਆ ਹਾਂ ਤੁਸੀਂ ਕਹਿੰਦੇ ਹੋਵੋਗੇ ਚੁੱਪ ਖਬਰਾਂ ਪੜ ਰਿਆ ਹਾਂ ਹਾਂ ਇਵੇਂ ਹੀ ਹੁੰਦਾ ਜੀ ਸਾਰੇ ਮੈਂ ਮਿਊਟ ਤੇ ਲਾ ਦਿੰਦਾ ਉਹਨਾਂ ਹਾਂ ਸਾਰੀ ਬਿਲਕੁਲ ਚੁੱਪ ਕੀਤੇ ਤਲਾਏ ਹੋਇਆ ਟੈਕਸਟ ਮੈਸੇਜ ਤਾਂ ਨਹੀਂ ਮਿਊਟ ਤੇ ਨਹੀਂ ਵਟਸਐਪ ਤੇ ਕਹਨਾ ਇੱਥੇ ਮੈਂ ਤਾਂ ਟੈਕਸਟ ਮੈਸੇਜ ਦੀ ਗੱਲ ਉਹ ਚਲੋ ਆਉਣ ਨਾ ਆਉਣ ਜਿਵੇਂ ਮਰਜ਼ੀ ਆ ਭਾਈ ਮੈਨੂੰ ਕੋਈ ਨਹੀਂ ਪਰ ਹੋਰ ਸੁਣਾਓ ਉਹ ਚੱਜਦਾ ਵਿਚਾਰ ਆਉਣ ਦਿਓ ਸੁਣੋ ਧਿਆਨ ਨਾਲ ਫਿਰ ਕਹਿੰਦੇ ਅਗਰ ਇਸ ਜ਼ਮਾਨੇ ਮੇ ਤੁਹਾਡੀ ਕੋਈ ਖਬਰ ਨਾ ਲੇ ਤੋ ਬੁਰਾ ਮਤ ਮੰਨਣਾ ਹਾਂ ਅਗਰ ਇਸ ਜ਼ਮਾਨੇ ਮੇ ਤੁਹਾਡੀ ਕੋਈ ਖਬਰ ਨਾ ਲੇ ਤੋ ਬੁਰਾ ਮਤ ਮੰਨਨਾ ਇਹ ਵੋ ਦੁਨੀਆ ਹੈ ਜਹ ਖਬਰ ਲੈਨੇ ਵਾਲੇ ਕਮ ਔਰ ਖਬਰ ਫੈਲਾਨੇ ਵਾਲੇ ਬਹੁਤ ਜ਼ਿਆਦਾ ਬਿਲਕੁਲ ਸਹੀ ਗੱਲ ਆ ਤੇ 100% ਦੀ ਇਹ ਗੱਲ ਸਹੀ ਆ ਹਰਮਨ ਸਿੰਘ ਜਿੰਦਾਬਾਦ ਥੈਂਕ ਯੂ ਕਮਾਲ ਕਰਤੀ ਸ਼ੁਕਰੀਆ ਇਸ ਦੁਨੀਆ ਦੇ ਵਿੱਚ ਉਹ ਲੋਕ ਬਹੁਤ ਥੋੜੇ ਆ ਜਿਹੜੇ ਤੁਹਾਡੀ ਖਬਰ ਲੈਂਦੇ ਆ ਜਿਹੜੇ ਇਹ ਕਹਿੰਦੇ ਆ ਕਿ ਮੇਰੇ ਨਾਲ ਆਪਣਾ ਦੁੱਖ ਵੰਡਾਲਾ ਜੀ ਦੁੱਖ ਵਧਾਉਣ ਵਾਲਿਆਂ ਦੀ ਗਿਣਤੀ ਕਈ ਵਾਰੀ ਵੱਧ ਜਾਂਦੀ ਆ ਮੈਂ ਜੇ ਇੱਕ ਥਾਂ ਦੇ ਉੱਤੇ ਪੜਿਆ ਲਿਖਿਆ ਕਹਿੰਦੇ ਵੀ ਰਿਸ਼ਤੇਦਾਰ ਭਾਵੇਂ ਤੁਹਾਡੇ ਔਖੇ ਸੌਖੇ ਵੇਲੇ ਦੇ ਵਿੱਚ ਨਾ ਆਉਣ ਹੂੰ ਭਾਵੇਂ ਤੁਹਾਡੇ ਦੁੱਖ ਦੇ ਉੱਤੇ ਨਿਗਾ ਨਾ ਰੱਖਣ ਹੂੰ ਪਰ ਤੁਹਾਡੇ ਸਟੇਟਸ ਤੇ ਜ਼ਰੂਰ ਰੱਖਦੇ ਆ ਤੇ ਜਿਹੜਾ ਸਟੇਟਸ ਉਹਨਾਂ ਤੇ ਲੱਗਦਾ ਹੋਵੇ ਉਹਨਾਂ ਨੂੰ ਇਹ ਲੱਗਾ ਦੇਖਿਆ ਹਾਲੇ ਵੀ ਮੇਰੇ ਬਾਰੇ ਸਟੇਟਸ ਪਾਇਆ ਪਰ ਮੇਰੀ ਬੇਨਤੀ ਇੱਕ ਹੋਰ ਆ ਤੁਹਾਡਾ ਸਟੇਟਸ ਵੈਸੇ ਬਹੁਤ ਕਮਾਲ ਦਾ ਹੋਣਾ ਚਾਹੀਦਾ ਜੀ ਇਹ ਜਿਹੜਾ ਇਹ ਤਾਂ ਮੇਰੇ ਖਾਲ ਵੀ 24 ਘੰਟੇ ਬਾਅਦ ਉੱਡ ਜਾਂਦਾ ਹੂੰ ਜੇ WhatsApp ਤੇ ਪਾਇਆ ਹੋਵੇ ਉਹ ਉੱਡ ਜਾਂਦਾ 24 ਘੰਟੇ ਬਾਅਦ ਤੁਹਾਡਾ ਉਹਦਾ ਸਟੇਟਸ ਹੂੰ ਤੁਹਾਡੀ ਕੀ ਬਾਤ ਹੋਵੇ ਜੀ ਬਿਲਕੁਲ ਤੁਹਾਡੀ ਸ਼ਖਸੀਅਤ ਨਿਖਰੀ ਹੋਵੇ ਪਰ ਇਹਦਾ ਦੂਜੇ ਪੱਖੇ ਵੀ ਹੈ ਟਾਣਾ ਸਾਹਿਬ ਬਹੁਤ ਸਾਰੇ ਲੋਕ ਨਾ ਬੜੇ ਮਹਾਨ ਮਹਾਨ ਜਿਹਾ ਸਟੇਟਸ ਪਾਉਂਦੇ ਆ ਕੋਈ ਧਰਮ ਦੇ ਬਾਰੇ, ਕੋਈ ਵਿਚਾਰਾਂ ਦੇ ਬਾਰੇ, ਕੋਈ ਕਿਸੇ ਬਾਬਤ ਕੋਈ ਕਿਸੇ ਬਾਬਤ ਬਹੁਤ ਤਰ੍ਹਾਂ ਦੇ ਸਟੇਟਸ ਪਾਉਂਦੇ ਨੇ ਪਰ ਜੇਕਰ ਜੋ ਅਸੀਂ ਲਿਖ ਕੇ ਪਾ ਰਹੇ ਆਂ ਅਸਲ 'ਚ ਉਹ ਜੇ ਹੋ ਜਾਈਏ ਤਾਂ ਅੱਧੇ ਉਹ ਵੱਧ ਮਸਲੇ ਹਾਂ ਇਹ ਨਹੀਂ ਵੀ ਜੇਕਰ ਕੋਈ ਸਾਨੂੰ ਛੱਡ ਗਿਆ ਜਾਂ ਛੱਡ ਗਈ ਤੇ ਸਾਰੀ ਡੜੀ ਦੇਵੀ ਮਖਸੂਸਪੁਰੀ ਦੇ ਗਾਣਿਆਂ ਚ ਚੁੜੀਆਂਣਾ ਮੈਂ ਕਿਹੜੇ ਦੋ ਲਾਵਾਂ ਅੱਜ ਹਾਂ ਨਹੀਂ ਨਹੀਂ ਜਾਂ ਫਿਰ ਵੈਸੇ ਵੀ ਤਾਂ ਸਾ ਆਪਣੀ ਤਰੀਫ ਹੀ ਕਰੀ ਜਾਣਗੇ ਜਾਂ ਮੈਂ ਕਿੰਨਾ ਧਰਮੀ ਹਾਂ ਇਹਦੇ ਬਾਬਤ ਹੀ ਦੱਸੀ ਜਾਣਗੇ ਯਾਰ ਥੋੜਾ ਸ਼ੇਰ ਵਰਗਾ ਹੂੰ ਠੀਕ ਆ ਗਿੱਦੜਾਂ ਦੀਆਂ ਪਤੀੜਾਂ ਪਵਾਤੀਆਂ ਉੱਤੇ ਐਵੇਂ ਲਿਖੀ ਜਾਣਗੇ ਵੇਖੀਦਾ ਆਹ ਹੁੰਦਾ ਉਸ ਸ਼ੇਰ ਕੋਲੇ ਬੈਠ ਕੇ ਕਰ ਕਦੇ ਆਇਆ ਲੱਗਦਾ ਵੀ ਯਾਰ ਕੀ ਬੜੀਆਂ ਪੈ ਸ਼ੇਰ ਦਾ ਲੇਖ ਲੇਖ ਕੇ ਪਾਉਣੇ ਉਹ ਜੇ ਬਣ ਕੇ ਦਿਖਾਓ ਹਾਂ ਇਸ ਕਰਕੇ ਦੇਵੀ ਮਖਸੂਸਪੁਰ ਦੀ ਕਲਮ ਨੂੰ ਸਲਾਮ ਪਰ ਇਹ ਨਹੀਂ ਵੀ ਧੋਖਾ ਵੀ ਆਪਾ ਦਿੱਤਾ ਤੇ ਦੂਜੇ ਨੂੰ ਗੱਲਾਂ ਵੀ ਸੁਣਾਉਣੀਆਂ ਸਹੀ ਗੱਲ ਉਹਨਾਂ ਦੇ ਸ਼ੇਰਾਂ ਦੀ ਅਰਥ ਹੋਰ ਆ ਇਹ ਨਹੀਂ ਵੀ ਮੈਨੂੰ ਜਿਵੇਂ ਸੂਤ ਲੱਗਦਾ ਉਹਵੇਂ ਆ ਇੱਕ ਮੈਂ ਤੁਹਾਨੂੰ ਚੱਜ ਦਾ ਵਿਚਾਰ ਹੋਰ ਸੁਣਾਉਣਾ ਸੁਣਾ ਦਿਓ ਉਹ ਇਹ ਆ ਕਿ ਬੰਦੇ ਨੂੰ ਦਿਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਬੰਦੇ ਨੂੰ ਹਮੇਸ਼ਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਦੁਨੀਆ ਤਾਂ ਸਿਕੰਦਰ ਨੇ ਵੀ ਜਿੱਤੀ ਸੀ ਪਰ ਖਾਲੀ ਹੱਥ ਗਿਆ ਆਹਾ ਦਿਲ ਜਿੱਤੋ ਹਾਂ ਦਿਲ ਤੋਂ ਮੜ ਜਾ ਗੱਲਾਂ ਰਹਿ ਜਾਂਦੀਆਂ ਨੇ ਫਿਰ ਗੱਲਾਂ ਰਹਿ ਜਾਂਦੀਆਂ ਜੀ ਜੇ ਤੁਹਾਡੇ ਬਾਰੇ ਚਾਰ ਬੰਦਿਆਂ ਨੇ ਗੱਲਾਂ ਹੀ ਨਾ ਕੀਤੀਆਂ ਬਾਅਦ ਵਿੱਚ ਦੋ ਚਾਰ ਮਹੀਨੇ ਤੇ ਫਿਰ ਆਏ ਤੇ ਨਾ ਆਏ ਇੱਕ ਬਰਾਬਰ ਆ ਹੂੰ ਜੇ ਰੋਣ ਵਾਲੇ ਉਹ ਚਾਰ ਜਣੇ ਹੋਏ ਜਿਨ੍ਹਾਂ ਦਾ ساری ਉਮਰ ਸਿਰ ਖਾਦਾ ਸਹੀ ਮਗਰ ਉਹ ਕੋਈ ਚਾਰ ਬੰਦੇ ਗਲਤਤਾ ਕਰਨ ਵੀ ਯਾਰ ਬੰਦਾ ਚੰਗਾ ਸੀਗਾ ਯਾਰ ਜੇ ਵਿੱਚ ਬੈਠਾ ਹੁੰਦਾ ਗੱਲ ਫੇਰ ਸੀ ਤੇ ਜੇ ਵਿੱਚੋਂ ਇੱਕ ਨੇ ਵੀ ਇਹ ਗੱਲ ਕਹਤੀ ਚੰਗਾ ਹੋਗਾ ਚੱਲਾਂਗਾ ਬਹਿਣ ਥੋੜੀ ਜਿਹੜਾ ਸੀ ਉਹਨੇ ਕਿਹੜਾ ਛੁੱਟਾ ਕਿਹੜਾ ਛੁੱਟਿਆ ਲੜਾਈ ਜਾਂਦਾ ਹੁੰਦਾ ਸੀਗਾ ਇਧਰਲੇ ਨੂੰ ਕੁਝ ਹੋਰ ਕਹਿ ਜਾਂਦਾ ਸੀ ਇਧਰਲੇ ਨੂੰ ਕੁਝ ਹੋਰ ਆਪਾਂ ਇੱਕ ਦੂਜੇ ਨੂੰ ਜੁੰਡੇ ਪੱਟੇ ਜਦੋਂ ਉਹਦੇ ਕਰ ਕੀ ਸੀ ਵਧੀਆ ਹੋਇਆ ਇਹ ਨਹੀਂ ਐ ਇਹ ਨਹੀਂ ਖਵਾਉਣਾ ਉਹਦੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਟੈਣਾ ਸਾਹਿਬ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਹਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਬਾਬਤ ਕਹਿੰਦੇ ਹੁੰਦੇ ਨੇ ਵੀ ਜਦਾਂ ਕੁਝ ਖਬਰਾਂ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਜਾਂਦੀਆਂ ਨੇ ਜਿਵੇਂ ਮੈਂ ਸ਼ੁਰੂਆਤ 'ਚ ਹੀ ਕਿਹਾ ਤੇ ਉਹ ਇਹ ਵੀ ਉਹੋ ਜਿਹੀ ਹੀ ਇੱਕ ਖਬਰ ਹੈ ਜੋ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਬਾਬਤ ਖਬਰਾਂ ਆ ਰਹੀਆਂ ਜਿਵੇਂ ਤਣਾਤਣੀ ਚੱਲ ਰਹੀ ਹੈ ਉਹਨੂੰ ਲੈ ਕੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਨੇ ਵੀ ਜਿਹੜੇ ਕੈਨੇਡਾ ਦੇ ਨਾਗਰਿਕ ਨੇ ਉਹਨਾਂ ਦੇ ਵੀਜ਼ਿਆਂ ਦੇ ਉੱਪਰ ਰੋਕ ਲਾ ਦਿੱਤੀ ਬਿਲਕੁਲ ਜੀ ਅਗਲੇ ਨੋਟਿਸ ਦੇ ਜਾਰੀ ਹੋਣ ਤੱਕ ਅਗਲਾ ਫੈਸਲਾ ਕੋਈ ਜਾਰੀ ਹੋਣ ਤੱਕ ਇਹ ਰੋਕ ਲੱਗੀ ਆ ਜਾਣ ਕੇ ਜਿਹੜੇ ਕੈਨੇਡਾ ਦੇ ਹੈਗੇ ਵਸਨੀਕ ਉਹ ਭਾਰਤ ਦੇ ਵਿੱਚ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਦੇ ਵੀਜ਼ਾ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਰੋਕ ਲਾਈ ਗਈ ਹੈ। ਬਾਕੀ ਸਮਾਂ ਦੱਸੂਗਾ ਵੀ ਜਿਹੜਾ ਉੱਥੇ ਐਪਲੀਕੇਸ਼ਨ ਸੈਂਟਰ ਹੈ ਜਿਹੜਾ ਭਾਰਤ ਦੇ ਵੱਲੋਂ ਕੈਨੇਡਾ ਦੇ ਵਿੱਚ ਬਣਾਇਆ ਗਿਆ ਉਹਦੇ ਵੱਲੋਂ ਇਹ ਜਿਹੜੀ ਆ ਉਹ ਜਾਣਕਾਰੀ ਦਿੱਤੀ ਗਈ ਹੈ ਵੀ ਭਾਈ ਇਹਨਾਂ ਵੀਜ਼ਾ ਦੇ ਉੱਤੇ ਰੋਕ ਲਾਈ ਗਈ ਹੈ। ਜੀ ਹੁਣ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਦਾ ਮੋੜ ਕੱਟਦਾ ਇਹ ਵਕਤ ਬਿਆਨ ਕਰੂਗਾ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਕੁੜੱਤਣ ਵਾਲੇ ਵੀਰ ਵੇ ਸਾਹਮਣੇ ਆ ਰਹੇ ਆ ਉਹਦੇ ਕਰਕੇ ਆਮ ਲੋਕਾਂ ਦੇ ਮਨ ਵਿੱਚ ਸੌ ਤਰ੍ਹਾਂ ਦੇ ਤੋਖਲੇ ਆ ਜੀ ਤੇ ਹੁਣ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਹੈ ਵੀ ਜੇਕਰ ਕੈਨੇਡਾ ਦੇ ਵੱਲੋਂ ਕੋਈ ਇਹੋ ਜੀ ਕਾਰਵਾਈ ਕੀਤੀ ਗਈ ਤੇ ਫਿਰ ਕਿਤੇ ਸਾਡੇ ਆਉਂਦੇ ਸਮੇਂ ਦੇ ਵਿੱਚ ਅੜਿੱਕੇ ਨਾ ਵੱਢ ਜਾਣ ਕਿਉਂਕਿ ਮੁੰਡੇ ਕੁੜੀਆਂ ਨੇ ਬਹੁਤ ਸਾਰੇ ਨੇ ਆਈਲਟਸ ਕੀਤੀ ਹੈ ਜਿਹੜੇ ਕਿ ਅਗਲੇ ਇਨਟੇਕ ਦੇ ਲਈ ਅਗਲੇ ਸੈਸ਼ਨ ਦੇ ਲਈ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਇਸ ਵੇਲੇ ਡਰ ਭਰਮ ਪਾਏ ਜਾ ਰਹੇ ਆ ਸੋ ਵਹ ਨਹੀਂ ਬਣਦਾ ਕੀ ਆ ਪਰ ਪਹਿਲਾਂ ਕੈਨੇਡਾ ਦੇ ਵੱਲੋਂ ਭਾਰਤ ਦੇ ਵਿੱਚ ਆਏ ਹੋਏ ਜਾਂ ਆਉਣ ਵਾਲੇ ਨਾਗਰਿਕਾਂ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਕਿ ਤੁਸੀਂ ਫਲਾਣੀਆਂ ਫਲਾਣੀਆਂ ਥਾਵਾਂ ਦੇ ਉੱਤੇ ਨਾ ਜਾਓ ਕਿਉਂਕਿ ਉੱਥੇ ਤੁਹਾਡੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਫਿਰ ਭਾਰਤ ਦੇ ਵੱਲੋਂ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਾਂ ਜਿਹੜੇ ਘੁੰਮਣ ਫਿਰਨ ਵਾਲੇ ਨਾਗਰਿਕ ਨੇ ਭਾਰਤੀ ਨਾਗਰਿਕ ਉਹਨਾਂ ਵਾਸਤੇ ਐਡਵਾਈਜ਼ਰੀ ਜਾਰੀ ਕਰਤੀ ਕਿ ਭਾਈ ਤੁਸੀਂ ਫਲਾਣੀਆਂ ਫਲਾਣੀਆਂ ਥਾਵਾਂ ਤੇ ਜਾਣ ਤੋਂ ਗਰੇਜ਼ ਕਰੋ ਤੇ ਭਾਰਤੀ ਦੂਤ ਘਰ ਦੇ ਨਾਲ ਸੰਪਰਕ ਦੇ ਵਿੱਚ ਰਹਿਣ ਉੱਥੋਂ ਦੇ ਵਿਦਿਆਰਥੀ ਹੈ ਜਿਹੜੇ ਹਮ ਕੈਨੇਡਾ ਨੇ ਇਹ ਗੱਲ ਕਹਿਤੀ ਵੀ ਭਾਈ ਸਾਡਾ ਮੁਲਕ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਦੇ ਵਿੱਚੋਂ ਇੱਕ ਆ ਅਸੀਂ ਭਾਰਤ ਸਰਕਾਰ ਦੀ ਇਸ ਐਡਵਾਈਜ਼ਰੀ ਨੂੰ ਰੱਦ ਕਰਦੇ ਹਾਂ ਹਮ ਮਾਮਲਾ ਫੇਰ ਤਿੱਖਾ ਹੋ ਰਿਹਾ ਜੀ ਟ੍ਰਾਂਟੋ ਸਟਾਰ ਇੱਕ ਅਖਬਾਰ ਆ ਕੈਨੇਡਾ ਦਾ ਬਹੁਤ ਵੱਡਾ ਉਹਦੇ ਵਿੱਚ ਬੇਸ਼ੱਕ ਥੋੜੀ ਜਿਹੀ ਨਰਮ ਸੁਰ ਜਸਟਿਨ ਟਰੂਡੋ ਦੀ ਸਾਹਮਣੇ ਆਈ ਆ ਕਿ ਅਸੀਂ ਭਾਰਤ ਦੇ ਨਾਲ ਕੋਈ ਰਿਸ਼ਤੇ ਨਹੀਂ ਵਿਗਾੜਦੇ ਚਾਹੁੰਦੇ ਅਸੀਂ ਕੋਈ ਤਲਖੀ ਵਾਲਾ ਜਾਂ ਤਣਾਅ ਵਾਲਾ ਮਾਹੌਲ ਨਹੀਂ ਬਣਾਉਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਹੋਇਆ ਵਾਪਰਿਆ ਉਹਦੇ ਵਿੱਚ ਭਾਰਤ ਦੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇ ਭਾਰਤ ਨੇ ਇਹ ਗੱਲ ਕਹੀ ਹੈ ਵੀ ਸਹਿਯੋਗ ਤੁਹਾਡਾ ਦੇਵਾਂਗੇ ਪਰ ਪਹਿਲਾਂ ਸਬੂਤ ਦਿਓ ਜਿਹੜੇ ਤੁਸੀਂ ਸਾਡੇ ਉੱਤੇ ਦੋਸ਼ ਲਾਏ ਆ ਸੋ ਮਾਮਲਾ ਇਹ ਕਈ ਤਰ੍ਹਾਂ ਦੇ ਨਾਲ ਪੇਚੀਦਾ ਪਰ ਇਹਦੀ ਗਾਜ ਆਮ ਲੋਕਾਂ ਦੇ ਉੱਤੇ ਕਿੰਨੀ ਕ ਡਿੱਗਦੀ ਆ ਦੇਸ਼ ਦੇ ਲੋਕਾਂ ਦੇ ਉੱਤੇ ਕਿੰਨੀ ਕ ਡਿੱਗਦੀ ਆ ਵੀਜ਼ਾ ਦੀ ਪ੍ਰਕਿਰਿਆ ਦੇ ਰੂਪ ਦੇ ਵਿੱਚ ਪੰਜਾਬੀਆਂ ਦੇ ਉੱਤੇ ਕਿੰਨੀ ਕ ਡਿੱਗਦੀ ਆ ਇਹ ਸੱਚੀ ਮੁੱਚੀ ਫਿਕਰਮੰਦੀ ਵਾਲੀ ਗੱਲ ਆ ਅੱਜ ਮਾਪੇ ਪਰੇਸ਼ਾਨ ਆ ਪੰਜਾਬ ਦੇ ਮਾਪੇ ਪਰੇਸ਼ਾਨ ਆ ਜਿਨ੍ਹਾਂ ਦੇ ਬੱਚੇ ਬਾਹਰ ਗਏ ਆ ਜਾਂ ਜਿਨ੍ਹਾਂ ਦੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਜਾਂ ਜਿਹੜੇ ਆਈਲੈਂਡਸ ਕਰ ਚੁੱਕੇ ਆ ਜਾਂ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਆ ਉਹਨਾਂ ਦੇ ਮਨ ਦੇ ਵਿੱਚ 100 ਤਰ੍ਹਾਂ ਦੇ ਤੋਖਲੇ ਆ ਵੀ ਯਾਰ ਕਿਤੇ ਸਾਡਾ ਕੋਈ ਨੁਕਸਾਨ ਨਾ ਹੋ ਜੇ ਗੱਲ ਇਹ ਟਾਣਾ ਸਭ ਕੱਲਾ ਕੈਨੇਡਾ ਹੀ ਨਹੀਂ ਬਹੁਤ ਸਾਰੇ ਮੁਲਕਾਂ ਦੇ ਵੱਲੋਂ ਜਿਹੜੇ ਬਿਆਨ ਨੇ ਉਹ ਸਾਹਮਣੇ ਆ ਰਹੇ ਨੇ ਜਿਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਮਲਾ ਤਫ਼ਤੀਸ਼ ਦਾ ਹੈ ਤਣਾ ਤਣੀ ਦਾ ਨਹੀਂ ਹੈ ਆਪਸ ਦੇ ਵਿੱਚ ਰਿਸ਼ਤੇ ਜਿਹੜੇ ਆ ਉਹ ਸੁਖਾਲੇ ਹੋਣੇ ਚਾਹੀਦੇ ਨੇ ਤੇ ਸੁਖਾਲੇ ਹੀ ਰਹਿਣ ਅਸੀਂ ਵੀ ਇਹੀ ਚਾਹੁੰਦੇ ਆ ਆਮ ਲੋਕ ਵੀ ਇਹੀ ਚਾਹੁੰਦੇ ਨੇ ਪਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਅਮਰੀਕਾ ਦਾ ਮੈਂ ਬਿਆਨ ਕੋਈ ਵੀ ਬਿਆਨਬਾਜ਼ੀ ਕਰਨੀ ਜਿਹੜੀ ਹੈ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ਨਾ ਬਾਕੀ ਸਮਾਂ ਦੱਸੂਗਾ ਹੋਰ ਕੀ ਕੀ ਹੁੰਦਾ ਪਰ ਵਾਕਈ ਗੱਲ ਤੁਹਾਡੀ ਸਹੀ ਹੈ ਕਿ ਲੋਕ ਇਸ ਵੇਲੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਦੇ ਬੱਚੇ ਇਸ ਵੇਲੇ ਉਸ ਧਰਤੀ ਦੇ ਉੱਪਰ ਬੈਠੇ ਨੇ ਕੈਨੇਡਾ ਦੇ ਵਿੱਚ ਬੈਠੇ ਨੇ ਜਾਂ ਜਿਨ੍ਹਾਂ ਜਿਹੜੇ ਬੱਚੇ ਇੱਧਰ ਆਉਣਾ ਚਾਹੁੰਦੇ ਨੇ ਕੋਈ ਛੁੱਟੀਆਂ ਕਰਕੇ ਕੋਈ ਕਿਸੇ ਦੁੱਖ ਸੁੱਖ ਦਾ ਕਰਕੇ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਨੇ ਉਹ ਲੋਕ ਵੀ ਥੋੜਾ ਜਿਹਾ ਚਿੰਤਾ ਦੇ ਵਿੱਚ ਨੇ ਵੀ ਹੁਣ ਕੀ ਹੋਊਗਾ ਅੱਗੇ ਅਸੀਂ ਕਿਵੇਂ ਜਾਵਾਂਗੇ ਕਦੋਂ ਜਾ ਸਕਾਂਗੇ ਸੋ ਬਹੁਤ ਸਾਰੇ ਸਵਾਲ ਨਵੇਂ ਖੜੇ ਹੋ ਗਏ ਸਪਿਆਰ ਬਿਲਕੁਲ ਹੀ ਭਾਰਤ ਦੇ ਵੱਲ ਕੀ ਕੈਨੇਡਾ ਦੇ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਸਰਕਾਰ ਉਹਨਾਂ ਲੋਕਾਂ ਨੂੰ ਨੱਥ ਨਹੀਂ ਪਾ ਰਹੀ ਉਧਰੋਂ ਕੈਨੇਡਾ ਦੇ ਵਿੱਚ ਵਸਦੇ ਹਿੰਦੂ ਭਾਈਚਾਰੇ ਦੇ ਵੱਲੋਂ ਕੈਨੇਡੀਅਨ ਸਰਕਾਰ ਨੂੰ ਖਤ ਲਿਖਿਆ ਗਿਆ ਵੀ ਇੱਥੇ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ ਹਿੰਦੂ ਦੇਸ਼ ਛੱਡ ਕੇ ਚਲੇ ਜਾਣ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂ ਨਾ ਹੇਟ ਕਰਾਈਮ ਵਾਲੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਗੱਲ ਇਹ ਕਹਿੰਦੇ ਆ ਸੋ ਮਤਲਬ ਇਹ ਆ ਵੀ ਜਿਵੇਂ ਭਾਰਤ ਦੇ ਵਿੱਚ ਕਈ ਵਾਰ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਓਵੇਂ ਹੀ ਕੈਨੇਡਾ ਦੇ ਵਿੱਚੋਂ ਵੀ ਅੱਜਕੱਲ ਆ ਰਹੀਆਂ ਸਾਡੀ ਬੇਨਤੀ ਇਹ ਆ ਵੀ ਦੁਨੀਆ ਦਾ ਹਰ ਦੇਸ਼ ਸੁਖਾਵਾਂ ਹੋਵੇ ਸਾਨੂੰ ਆਪਣੇ ਭਾਰਤ ਦੇ ਉੱਤੇ ਮਾਣ ਸੀ ਹੈ ਤੇ ਰਹੂਗਾ ਸਹੀ ਭਾਰਤ ਜਿੰਦਾਬਾਦ ਸੀ ਹੈ ਤੇ ਰਹੂਗਾ ਸਹੀ ਪਰ ਗੱਲ ਇਹ ਵੀ ਇੱਥੇ ਵਸਦੇ ਲੋਕਾਂ ਨੇ ਮਨਾਂ ਵਿੱਚ ਤੌਖਲੇ ਕਿਹੜੇ ਕਿੜੇ ਆ ਆਮ ਬੰਦੇ ਦਾ ਤਾਂ ਕੋਈ ਕਸੂਰ ਨਹੀਂਗਾ ਜਿਨੇ ਜ਼ਮੀਨ ਵੇਚੀ ਆ ਆਪਦੇ ਧੀ ਜਾਂ ਪੁੱਤ ਨੂੰ ਬਾਹਰ ਭੇਜਣ ਦੇ ਲਈ ਜਿਨੇ 22-25 ਲੱਖ ਰੁਪਏ ਦਾ ਪ੍ਰਬੰਧ ਪਤਾ ਨਹੀਂ ਕਿਵੇਂ ਢਿੱਡ ਭੇਟ ਬਣ ਕੇ ਕੀਤਾ ਉਹ ਤਾਂ ਵਿਚਾਰਾ ਇਸ ਵੇਲੇ ਡਰਿਆ ਹੋਇਆ ਨਾ ਵੀ ਇਹ ਨਾ ਹੋਵੇ ਇਧਰ ਜੋਗੇ ਵੀ ਨਾ ਰਹਿ ਗਏ ਤੇ ਉਧਰ ਜੋਗੇ ਵੀ ਨਾ ਰਹਿ ਗਏ ਧੀ ਪੁੱਤ ਦਾ ਵੀਜ਼ਾ ਨਹੀਂ ਲੱਗੇ ਹਮ ਸੰਬੰਧ ਦੋਹਾਂ ਦੇਸ਼ਾਂ ਦੇ ਵਿੱਚ ਖਰਾਬ ਆ ਜਾ ਕਿਵੇਂ ਵੀ ਆ ਭਾਵੇਂ ਵਕਤੀ ਤੌਰ ਦੇ ਉੱਤੇ ਹੋਣ ਪਰ ਇਹ ਨਾ ਹੋਵੇ ਵੀ ਇਹਦੀ ਗਾਜ ਸਾਡੇ ਉੱਤੇ ਡਿੱਗ ਪੇ ਨਾਲੇ ਗੱਲ ਇਹ ਆ ਨਾ ਟਹਿਣਾ ਸਾਹਿਬ ਵੀ ਜਿਹੜੇ ਲੋਕ ਇਸ ਵੇਲੇ ਵਿਦੇਸ਼ੀ ਧਰਤੀ ਦੇ ਉੱਪਰ ਬੈਠੇ ਨੇ ਚਾਹੇ ਕੋਈ ਵੀ ਮੁਲਕ ਹੋਵੇ ਭਾਰਤ ਸਾਡੀ ਜੰਮਣ ਪੋਇਆ ਤੇ ਉਹ ਸਾਡੀ ਕਰਮ ਪੋਏ ਵੀ ਅਸੀਂ ਉੱਥੇ ਜਾ ਕੇ ਕੰਮ ਕਰਕੇ ਤੇ ਫਿਰ ਰੋਟੀ ਖਾ ਪਾਉਨੇ ਆ ਸੋ ਦੋਵਾਂ ਮੁਲਕਾਂ ਦੇ ਨਾਲ ਉਹਨਾਂ ਦਾ ਪਿਆਰ ਹੈ ਦੋਵਾਂ ਦਾ ਉਹ ਸਤਿਕਾਰ ਕਰਦੇ ਨੇ ਦੋਵਾਂ ਮੁਲਕਾਂ ਦੇ ਲਈ ਇੱਕ ਆਪਣਾਪ ਦਾ ਅਹਿਸਾਸ ਹੈ ਸੋ ਲੋਕ ਇਹੀ ਚਾਹੁੰਦੇ ਨੇ ਕਿ ਇਹ ਸਾਰਾ ਕੁਝ ਬਿਲਕੁਲ ਠੀਕ ਹੋ ਜAVE ਸੁਖਾਵਾਂ ਮਾਹੌਲ ਬਿਲਕੁਲ ਸਹੀ ਮਾਦੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨ ਜੀ ਆਪਾਂ ਅੱਗੇ ਵੀ ਗੱਲ ਕਰ ਰਹੇ ਹੁੰਨੇ ਆ ਵੀ ਬਾੜ ਖੇਤ ਨੂੰ ਜਦੋਂ ਖਾਂਦੀ ਆ ਨਾ ਜੀ ਤੇ ਫਿਰ ਖੇਤ ਦੀ ਰਾਖੀ ਕੌਣ ਕਰੂਗਾ ਹੂੰ ਬੰਦੇ ਦੇ ਮਨ ਵਿੱਚ 100 ਤਰ੍ਹਾਂ ਦੇ ਸਵਾਲ ਆਉਂਦੇ ਵੀ ਯਾਰ ਕਿਨੂੰ ਮੈਂ ਚੰਗਾ ਕਰਾਂ ਤੇ ਕਿਨੂੰ ਮੈਂ ਮਾੜਾ ਕਰਾਂ ਜਿਹੜੇ ਵੇਲੇ ਪੁਲਿਸ ਮੁਲਾਜ਼ਮਾਂ ਦਾ ਇੱਕ ਹਿੱਸਾ ਨਿਕਰ ਦੇ ਵਿੱਚ ਲਕੋ ਲਕੋ ਕੇ ਮੋਬਾਈਲ ਤੇ ਅਫੀਮ ਤੇ ਹੋਰ ਨਿਕਸੁਕ ਤੇ ਜੇਲ੍ਹ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰੇ ਤੇ ਉਸ ਵੇਲੇ ਆਪਾਂ ਕਹਿ ਸਕਦੇ ਵੀ ਭਾਈ ਜੇਲ੍ਹਾਂ ਦੇ ਵਿੱਚੋਂ ਨਸ਼ਾ ਮੁਕਜੂਗਾ ਹੂੰ ਜਿਹੜੇ ਵੇਲੇ ਪੁਲਿਸ ਕਰਮਚਾਰੀ ਆਪ ਚਿੱਟੇ ਦੇ ਤਸਕਰਾਂ ਨਾਲ ਮਿਲੇ ਹੋਣ ਹੂੰ ਤੇ ਬਰਖਾਸਤ ਕੀਤੇ ਗਏ ਅਧਿਕਾਰੀ ਪੁਲਿਸ ਨੂੰ ਹੀ ਨਾ ਲੱਭਦੇ ਹੋਣ ਤੇ ਉਸ ਵੇਲੇ ਆਪਾਂ ਇਹ ਗੱਲ ਸੋਚ ਰਹੇ ਹਾਂ ਵੀ ਭਾਈ ਪੰਜਾਬ ਚੋਂ ਨਸ਼ਾ ਮੁਕਜੂਗਾ ਇਹ ਨਸ਼ਾ ਮਕਾਉਣ ਵਾਲੀ ਗੱਲ ਨਹੀਂ ਆ ਜੀ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਭਾਈ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਵਿਭਾਗ ਦੇ ਵਿੱਚ ਸਾਰੇ ਲੋਕੇ ਕੁਝ ਨਹੀਂ ਆ ਨਵਾਂ ਇੱਕ ਠੋਕਲਾ ਛੜਤਾ ਹੂੰ ਇਹ ਪੁਲਿਸ ਮੁਲਾਜ਼ਮ ਜਿਹੜਾ ਨਕੂਦਰ ਦਾ ਨਕੂਦਰਵਾਲ ਦਾ ਜੀ ਇਹਦੇ ਵੱਲੋਂ 72 ਘੰਟਿਆਂ ਦੇ ਵਿੱਚ ਤੀਜੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨੂੰ ਫੜਿਆ ਗਿਆ ਹੂੰ ਰਣਧੀਰ ਸਿੰਘ ਇਹਦਾ ਨਾਂ ਦੋ ਪੈਟਰੋਲ ਪੰਪ ਲੁੱਟਿਆ ਆ ਤੇ ਤੀਜੇ ਦੇ ਉੱਤੇ ਗਿਆ ਸੀਗਾ ਜੀ ਤੇ ਉਹਨਾਂ ਨੇ ਉੱਥੇ ਫੜ ਲਿਆ ਤੇ ਹੁਣ ਕਿਤੇ ਇਹ ਨਾ ਕਹ ਦੇ ਬਿੱਲਾ ਸਾਰਾ ਸਮਾਜ ਦੀ ਗਲਤ ਤੁਸੀਂ ਇਹ ਵੇਖੋ ਟਾਣਾ ਸਾਹਿਬ ਸ਼ਾਹਕੋਟ ਦੇ ਵਿੱਚ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਔਰ ਤੁਸੀਂ ਮਤਲਬ ਮੈਂ ਸਭ ਤੋਂ ਵੱਧ ਹੈਰਾਨ ਇਸ ਗੱਲ ਨੂੰ ਪੜ ਕੇ ਹੋਈ ਕਿ ਜਿਹੜੀ ਆਪਣੀ ਸਰਵਿਸ ਰਿਵਾਲਵਰ ਆ ਜਿਹੜੀ ਮਹਿਕਮੇ ਵੱਲੋਂ ਇਹਨੂੰ ਦਿੱਤੀ ਗਈ ਲੋਕਾਂ ਦੀ ਰੱਖਿਆ ਕਰਨ ਦੇ ਲਈ ਉਸ ਰਿਵਾਲਵਰ ਦੇ ਨਾਲ ਹੀ ਇਹ ਸਾਰਿਆਂ ਨੂੰ ਡਰਾਉਂਦਾ ਸੀ ਜਿੱਥੇ ਲੁੱਟਖੋ ਕਰਨ ਜਾਂਦਾ ਸੀ ਉਸ ਰਿਵਾਲਵਰ ਨਾਲ ਡਰਾ ਡਰਾ ਕੇ ਲੁੱਟਖੋਆ ਕਰੀ ਗਿਆ ਬਿਲਕੁਲ ਜੀ ਤੇ ਅਗਲੀ ਗੱਲ ਇਹ ਆ ਵੀ ਇਹਦੇ ਵੱਲੋਂ ਨਾ ਆਪਣੇ ਸਾਥੀਆਂ ਦੇ ਨਾਲ ਕਦੇ ਕਿਸੇ ਥਾਂ ਦੇ ਉੱਤੇ ਜਾ ਕੇ ਪੈਟਰੋਲ ਪੰਪ ਲੁੱਟਿਆ ਗਿਆ ਉੱਥੇ ਸਫਲਤਾ ਹਾਸਲ ਕਰਕੇ ਕਿਤੇ 1 ਲੱਖ ਰੁਪਈਆ ਕਿਤੇ 35000 ਰੁਪਈਆ ਕਿਤੇ ਕਿੰਨੇ ਕਿਤੇ ਕਿੰਨੇ ਇਦਾਂ ਦਾ ਕੰਮ ਕਰਦਾ ਸੀ ਜੀ ਬਿਲਕੁਲ 1 ਲੱਖ ਰੁਪਈਆ ਇਹਨਾਂ ਨੂੰ ਕੋਦਰ ਦੇ ਵਿੱਚ ਲੁੱਟਿਆ ਤੇ ਤਿੰਨ ਮੋਬਾਈਲ ਇਹਦੇ ਕੋਲੋਂ ਫੜੇ ਗਏ ਤੇ ਬੁੱਢਣਵਾਲ ਦੇ ਵਿੱਚ ਇਹਨੇ 35000 ਰੁਪਈਆ ਲੁੱਟਿਆ ਮਤਲਬ ਇਹ ਸਾਰਾ ਕੁਝ ਇਹਨੇ 72 ਘੰਟੇ ਦੇ ਵਿੱਚ ਵਿੱਚ ਕੀਤਾ ਜੀ ਇਹਨੂੰ ਇੰਨੀ ਕਿ ਮੇਰਾ ਖਿਆਲ ਆ ਵੀ ਚੰਡੀ ਚੜੀ ਵੀ ਆ ਇੱਕ ਥਾਂ ਤੇ ਲੁੱਟਿਆ ਤੇ ਦੂਜੀ ਥਾਂ ਤੇ ਆ ਗਿਆ ਜੀ ਦੂਜੀ ਥਾਂ ਤੇ ਲੁੱਟਿਆ ਤੀਜੀ ਥਾਂ ਤੇ ਚਲਾ ਗਿਆ ਪਰ ਤੀਜੀ ਥਾਂ ਦੇ ਉੱਤੇ ਜਦੋਂ ਲੁੱਟਣ ਗਿਆ ਕਹਿੰਦਾ ਵੀ 5000 ਰੁਪਏ ਦੇ ਨਹੀਂ ਤਾਂ ਗੋਲੀ ਮਾਰ ਦੇਣੀ ਹੈ ਹੂੰ ਉਹ ਜਦੋਂ ਫਿਰੇ ਜਾਣ ਲੱਗੇ ਲੁੱਟ ਕੇ ਤੇ ਉੱਥੇ ਮੁਲਾਜ਼ਮਾਂ ਨੇ ਨਾ ਜਿਹੜੇ ਪੈਟਰੋਲ ਪੰਪ ਤੇ ਮੁਲਾਜ਼ਮਾਂ ਉਹਨਾਂ ਨੇ ਜੱਫਾ ਪਾ ਲਿਆ ਹੂੰ ਛੁੱਟ ਲਿਆ ਹੂੰ ਤੇ ਫਿਰ ਪਤਾ ਲੱਗਾ ਵੀ ਤਾਂ ਪੁਲਿਸ ਵਾਲਾ ਬਿਲਕੁਲ ਫਿਰ ਪਤਾ ਲੱਗਾ ਵੀ ਇਹ ਤਾਂ ਇਹ ਕੰਮ ਕਰਦਾ ਹੂੰ ਫਿਰ ਪਤਾ ਲੱਗਾ ਵੀ ਇਹ ਤਾਂ ਸਾਰੀ ਪੁਲਿਸ ਨੂੰ ਬਦਨਾਮ ਕਰੀ ਜਾਂਦਾ ਤੇ ਇਹੋ ਜੇ ਪਤਾ ਨਹੀਂ ਕਿੰਨੇ ਕੁ ਲੋਕ ਪੁਲਿਸ ਵਿਭਾਗ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਕਰਕੇ ਵਿਭਾਗ ਦੇ ਉੱਤੇ ਸਵਾਲ ਖੜਾ ਹੁੰਦਾ ਮੈਂ ਫੇਰ ਇਹ ਗੱਲ ਕਹਿਣਾ ਸਾਰੀ ਪੁਲਿਸ ਮਾੜੀ ਨਹੀਂ ਪਰ ਇਹਨਾਂ ਰਣਧੀਰ ਸਿਓ ਵਰਗੇ ਜਿਹੜੇ ਇਹ ਬੰਦੇ ਆ ਜਿਹੜੇ ਕਿ 72 ਘੰਟਿਆਂ ਦੇ ਵਿੱਚ ਤਿੰਨ ਤਿੰਨ ਪੈਟਰੋਲ ਪੰਪ ਲੁੱਟਦੇ ਆ ਇਹਨਾਂ ਦੇ ਰੋਕਣਾ ਲੁੱਟਾ ਖੋਹਣਾ ਪਰ ਗੱਲ ਇਹ ਆ ਨਾ ਟੈਣਾ ਸਾਹਿਬ ਬੰਦਾ ਜਾਵੇ ਤਾਂ ਜਾਵੇ ਕਿੱਥੇ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੁਲਿਸ ਨੂੰ ਲੈ ਕੇ ਇੰਨੀਆਂ ਸਾਰੀਆਂ ਖਬਰਾਂ ਸਾਹਮਣੇ ਆ ਗਈਆਂ ਚਾਹੇ ਰਣਧੀਰ ਸਿੰਘ ਦੀ ਗੱਲ ਕਰ ਲਓ ਨਵਦੀਪ ਸਿੰਘ ਦੀ ਗੱਲ ਕਰ ਲਓ ਰਾਜੀਤ ਸਿੰਘ ਦੀ ਗੱਲ ਕਰ ਲਓ ਹੋਰ ਪਤਾ ਨਹੀਂ ਕਿੰਨੇ ਪੁਲਿਸ ਮੁਲਾਜ਼ਮ ਨੇ ਇਹੋ ਜਿਹੜੇ ਆਪ ਗਲਤ ਨੇ ਤੇ ਸਾਰਾ ਮਹਿਕਮਾ ਉਹਨਾਂ ਕਰਕੇ ਬਦਨਾਮ ਹੋਈ ਜਾਂਦਾ ਹੈ ਨਾ ਸੋ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਭਾਈ ਪੁਲਿਸ ਨੂੰ ਲੈ ਕੇ ਤਾਂ ਹਰ ਰੋਜ਼ ਖਬਰ ਸਾਹਮਣੇ ਆਈ ਜਾਂ ਨੇ ਸਭ ਕੁਝ ਦੇ ਵਿੱਚ ਤੇ ਜੇਕਰ ਲੋਕਾਂ ਦੇ ਵੀ ਸਾਨੂੰ ਲੋਡ ਪਵੇ ਜੇ ਸਾਡੇ ਤੇ ਕੋਈ ਸਮੱਸਿਆ ਆ ਜਾਵੇ ਅਸੀਂ ਕਿਹਦੇ ਕੋਲ ਜਾਈਏ ਬਿਲਕੁਲ ਸਹੀ ਗੱਲ ਆ ਸੋ ਬੇਨਤੀ ਸਿਰਫ ਇਹ ਆ ਵੀ ਭਾਈ ਨੈਤਿਕਤਾ ਦਾ ਪਾਠ ਪੜਨਾ ਚਾਹੀਦਾ ਹੂੰ ਜੇਕਰ ਤੁਹਾਡੇ ਪਸੰਦ ਦੀ ਨੌਕਰੀ ਨਹੀਂ ਜਾਂ ਤੁਹਾਨੂੰ ਇਹ ਲੱਗਦਾ ਵੀ ਭਾਈ ਮੇਰੀ ਤਨਖਾਹ ਘਟਾ ਤੇ ਜੇ ਤੁਸੀਂ ਕਾਬਿਲ ਬਹੁਤ ਹੋ ਤਾਂ ਫਿਰ ਵੱਡੀ ਤਨਖਾਹ ਵਾਲੇ ਚਲੇ ਜਾਓ ਉਹ ਨੌਕਰੀ ਛੱਡ ਦਿਓ ਜੀ ਨਾਲੇ ਬੈਠੇ ਉਥੇ ਆ ਉਹਦੀਆਂ ਜੜਾਂ 'ਚ ਬੈਠੀ ਜਾਂਦੇ ਉਸ ਵਿਭਾਗ ਦੀ ਤੇ ਨਾਲੇ ਲੁੱਟਖੋ ਕਰਕੇ ਸਾਰੇ ਮਹਿਕਮੇ ਨੂੰ ਬਦਨਾਮ ਕਰੀ ਜਾਂਦੇ ਆ ਜਿਹਨੂੰ ਵੀ ਇਹ ਲੱਗਦਾ ਕਿ ਭਾਈ ਮੈਂ ਇਸ ਤੋਂ ਵੱਧ ਕਾਬਲੀਅਤ ਰੱਖਦਾ ਮੈਨੂੰ 30 ਹਜ਼ਾਰ ਮੈਨੂੰ 20 ਹਜ਼ਾਰ ਮੈਨੂੰ 25 ਹਜ਼ਾਰ ਮੈਨੂੰ 50 ਹਜ਼ਾਰ ਵਾਲੀ ਨੌਕਰੀ ਨਹੀਂ ਚਾਹੀਦੀ ਤੇ ਮੈਂ ਤਾਂ ਛਾਲ ਬਹੁਤ ਵੱਡੀ ਮਾਰ ਸਕਦਾ ਤੇ ਉਹ ਭਾਈ ਮਾਰ ਲਵੇ ਪਰ ਗੱਲ ਇਹ ਹੈ ਨਾ ਇਹਨਾਂ ਤੇ ਕਾਰਵਾਈ ਵੀ ਸਖਤ ਹੋਣੀ ਚਾਹੀਦੀ ਹੈ ਜੀ ਸਾਹਿਬ ਗੱਲ ਹੀ ਸਸਪੈਂਸ਼ਨ ਨਾਲ ਸਸਪੈਂਡ ਕਰ ਦੇਣ ਦੇ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਜਿਹਦਾ ਕੱਢ ਦੇਣਾ ਚਾਹੀਦਾ ਕਿ ਤਾਂ ਜੋ ਬਾਕੀਆਂ ਨੂੰ ਕੰਨ ਹੋ ਜਾਣ ਭਾਈ ਅਸੀਂ ਕੁਝ ਗਲਤ ਕਰਾਂਗੇ ਤੇ ਸਾਡੇ ਨਾਲ ਵੀ ਆਈ ਕੁਝ ਹੋਊਗਾ ਹੁਣ ਮਤਲਬ ਸਮਝ ਤੋਂ ਬਾਹਰ ਆ ਇਹ ਗੱਲ ਵੀ ਚੱਲੀ ਕੀ ਕੀ ਜਾ ਰਿਹਾ ਆਮ ਬੰਦਾ ਜੇਕਰ ਕੋਈ ਵੀ ਕੁਝ ਕਰਦਾ ਹੈ ਤਾਂ ਉਹਦੇ ਸਾਰੇ ਟੱਬਰ ਨੂੰ ਲੈ ਜਾ ਕੇ ਥਾਣੇ ਦੇ ਵਿੱਚ ਬਿਠਾ ਲੈਂਦੇ ਵੀ ਬੰਦਾ ਪੇਸ਼ ਕਰੋ ਨਹੀਂ ਤਾਂ ਅਸੀਂ ਇਹਨੂੰ ਵੀ ਨਹੀਂ ਛੱਡਣਾ ਹੈਨਾ ਤੇ ਉਹ ਜਦੋਂ ਕਿਸੇ ਪੁਲਿਸ ਮੁਲਾਜ਼ਮ ਦੀ ਗੱਲ ਕਰਨੀ ਮaaf ਕਰਨਾ ਇਹ ਗੱਲ ਥੋੜੀ ਕੌੜੀ ਲੱਗੂਗੀ ਮੈਂ ਫਿਰ ਉਹ ਇੱਕ ਨਹੀਂ ਸਾਰੇ ਮਾੜੇ ਨਹੀਂ ਆ ਬਹੁਤ سارے ਚੰਗੇ ਮੁਲਾਜ਼ਮ ਵੀ ਹੈਗੇ ਪਰ ਜਦੋਂ ਕਿਸੇ ਉੱਚੇ ਅਹੁਦੇ ਵਾਲੇ ਦੀ ਗੱਲ ਆਉਂਦੀ ਹੈ ਜਦੋਂ ਪੁਲਿਸ ਮੁਲਾਜ਼ਮ ਦੀ ਗੱਲ ਆਉਂਦੀ ਹੈ ਉਦੋਂ ਪਤਾ ਨਹੀਂ ਕਿੱਥੇ ਰੂਪੋਸ਼ ਹੋ ਜਾਂਦੇ ਨੇ ਨਾ ਲੱਭਦੇ ਨੇ ਨਾ ਪਤਾ ਲੱਗਦਾ ਉਹਨਾਂ ਦਾ ਸਾਰੇ ਉਹਨਾਂ ਨੂੰ ਟਿਕਾਣੇ ਵੀ ਪਤਾ ਹੁੰਦੇ ਨੇ ਵੀ ਕਿੱਧਰ ਜਾਣਾ ਕਿੱਧਰ ਨਹੀਂ ਤੇ ਉਦੋਂ ਕਿਉਂ ਨਹੀਂ ਉਹੀ ਕਾਰਵਾਈ ਕੀਤੀ ਜਾਂਦੀ ਭਾਈ ਤੁਹਾਨੂੰ ਬਸਰੇ ਦੀ ਗੱਲ ਦੱਸਾਂ ਜੀ ਥਾਂ ਥਾਂ ਤੇ ਦੁਕਾਨਾਂ ਖੁੱਲੀਆਂ ਹਮ ਜਿੱਥੇ ਕਿ ਨਕਲੀ ਦੁੱਧ ਮਿਲਦਾ ਜੀ ਨਕਲੀ ਖੁਆ ਮਿਲਦਾ ਚਾਈਨਾ ਡੋਰ ਮਿਲਦੀ ਆ ਦੁਕਾਨਾਂ ਖੁੱਲੀਆਂ ਹੋਣ ਦੇ ਬਾਵਜੂਦ ਇਹਨਾਂ ਨੂੰ ਕਾਬੂ ਦੇ ਵਿੱਚ ਨਹੀਂ ਕੀਤਾ ਗਿਆ ਹਮ ਤੇ ਨਸ਼ਾ ਵੇਚਣ ਵਾਲੇ ਚਿੱਟਾ ਵੇਚਣ ਵਾਲਿਆਂ ਦੀਆਂ ਤਾਂ ਦੁਕਾਨਾਂ ਸ਼ਰਿਆਮ ਖੁੱਲੀਆਂ ਵੀ ਨਹੀਂ ਤੇ ਆਪਾਂ ਇਹ ਕਿਵੇਂ ਕਾਬੂ ਕਰ ਲਾਂਗੇ ਆਪਣੇ ਕੋਲੋਂ ਨਕਲੀ ਪਨੀਰ ਵਾਲੇ ਨਹੀਂ ਕਾਬੂ ਆਏ ਆਪਣੇ ਕੋਲੋਂ ਧਾਗਾ ਵੇਚਣ ਵਾਲੇ ਨਹੀਂ ਕਾਬੂ ਆਏ ਸੋ ਮਾੜਾ ਜ ਆਪਾਂ ਨੂੰ ਗੌਰ ਕਰਨਾ ਚਾਹੀਦਾ ਕਮੀਰਤਾਲਾ ਨੂੰ ਸੋਚਣਾ ਚਾਹੀਦਾ ਹੈ ਮੌਦੀ ਹਾਜ਼ਰ ਹੈ ਚੰਚ ਦਾ ਵਿਚਾਰ ਹਰਮਨ ਜੀ ਇੱਕ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਕਲਗੀ ਤਰ ਸਾਹਿਬ ਬਠਿੰਡਾ ਖੇਤਰ ਦੇ ਵਿੱਚ ਆ ਉੱਥੇ ਪਤਾ ਲੱਗਾ ਵੀ ਦੋ ਕੁੜੀਆਂ ਦੇ ਵਿਆਹ ਕਰਾਤੇ ਗਰੰਥੀ ਸਿੰਘ ਨੇ ਦੋ ਕੁੜੀਆਂ ਦੇ ਜੀ ਦੇ ਕਰਕੇ ਮਾਮਲਾ ਬਹੁਤ ਵੱਡੇ ਪੱਧਰ ਤੇ ਭੱਗ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਜੀ ਕਿ ਮर्यादा ਦੇ ਬਿਲਕੁਲ ਉਲਟ ਕੀਤਾ ਗਿਆ ਤੇ ਕੀ ਇਹ ਬੇਦਬੀ ਨਹੀਂ ਹੂੰ ਜੋ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਕੀ ਉਹ ਸਹੀ ਆ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਤਾ ਲੱਗਾ ਵੀ ਦੋ ਗਰੰਥੀ ਨੇ ਜਿਹੜੇ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਆ ਉਹ ਕਹਿੰਦੇ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਜਿਹੜੇ ਗਰੰਥੀ ਸਿੰਘ ਨੇ ਆਨੰਦ ਕਾਰਜ ਕਰਵਾਏ ਆ ਜੀ ਉਹ ਕਹਿੰਦੇ ਜੀ ਮੈਂ ਤਾਂ ਜਿਹੜੇ ਜਿਹੜਾ ਸੀਨੀਅਰ ਗਰੰਥੀ ਸਿੰਘ ਆ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਸੀ ਉਹਨਾਂ ਨੂੰ ਦੱਸੀ ਸਾਰੀ ਗੱਲ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਠੀਕ ਆ ਅੱਛਾ ਜੀ ਤੇ ਪਿੱਛੇ ਜੇ ਵੀ ਦੋ ਕੁੜੀਆਂ ਦੇ ਇਦਾਂ ਹੋਏ ਸੀ ਉਹ ਕਹਿੰਦੇ ਵੀ ਭਾਈ ਉਹਦੀ ਤਰਜ਼ ਦੇ ਉੱਤੇ ਆਪਾਂ ਵੀ ਕਰ ਦਿੰਨੇ ਆ ਹਮਮ ਪਰ ਇਹਨਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹਦੇ ਤੋਂ ਬਾਅਦ ਹੁਣ ਕਾਰਵਾਈ ਕੀਤੀ ਜਾ ਰਹੀ ਆ ਹੁਣ ਕਾਰਵਾਈ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹੋਣੀਆਂ ਪਰ ਆਪਣੀ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ ਵੀ ਗੁਰੂ ਘਰਾਂ ਦੇ ਵਿੱਚ ਕੁੜੀਆਂ ਦੇ ਦੋ ਕੁੜੀਆਂ ਦੇ ਅਨੰਦ ਕਾਰਜ ਹੋ ਜਾਂਦੇ ਆ ਕੱਲ ਨੂੰ ਪਤਾ ਨਹੀਂ ਕੋਈ ਹੋਰ ਗੱਲ ਕੀ ਹੋਊਗੀ ਸੋ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਵੀ ਆਪਾਂ ਗੰਭੀਰ ਕਿਉਂ ਨਹੀਂ ਆਪਾਂ ਗੱਲ ਨੂੰ ਸਮਝਦੇ ਕਿਉਂ ਨਹੀਂ ਆਪਾਂ ਕਿਉਂ ਨਹੀਂ ਸਿਆਣਪ ਦੀ ਗੱਲ ਕਰਦੇ ਆਪਾਂ ਕਿਉਂ ਨਹੀਂ ਮਰਿਆਦਾ ਵਿੱਚ ਰਹਿੰਦੇ ਤੇ ਸਾਡੇ ਕੋਲੇ ਪਤਾ ਹੀ ਨਹੀਂ ਕਿਉਂ ਅਸੀਂ ਐਵੇਂ ਹੀ ਕਰ ਦਿੰਨੇ ਜੋ ਵੀ ਸੋਚਦੇ ਜੀ ਬਿਲਕੁਲ ਟਾਣਾ ਸਾਹਿਬ ਪਰ ਗੱਲ ਇਹ ਹੈ ਕਿ ਹਾਲਾਂਕਿ ਪਤਾ ਨਹੀਂ ਵੀ ਕੀ ਕੀਆ ਜਾਵੇ ਉਹ ਜੇ ਮਸਲੇ ਦੇ ਉੱਪਰ ਤਾਂ ਕੀ ਨਹੀਂ ਹਨਾ ਪਰ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਉੱਪਰ ਦੋਸ਼ ਲੱਗਦੇ ਪਏ ਨੇ ਉਹ ਉਹਨਾਂ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਦੂਜੀ ਕੁੜੀ ਆ ਉਹਦੇ ਨਾਮ ਉਰੇ ਕਾਕਾ ਲਾ ਦਿੱਤਾ ਗਿਆ ਹਨਾ ਵੀ ਪਤਾ ਸੀ ਉਹਨਾਂ ਨੂੰ ਸਾਰਾ ਕੁਝ ਵੀ ਇਹ ਦੋਵੇਂ ਕੁੜੀਆਂ ਹੀ ਨੇ ਪਰ ਇਹ ਜਾਣਬੁੱਝ ਕੇ ਲੁਕੋ ਕੇ ਇਹ ਗੱਲ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਨਹੀਂ ਪਤਾ ਨਹੀਂ ਕਿ ਕਾਰਡ ਵੀ ਲੁਕੋਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਪਛਾਣ ਲੁਕੋਣ ਦੀ ਕੋਸ਼ਿਸ਼ ਕੀਤੀ ਗਈ ਵੀ ਦੋਸ਼ ਲੱਗੇ ਜੀ ਤੇ ਕਹਿੰਦੇ ਫਿਰ ਇਦਾਂ ਉਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਇਹਨੂੰ ਲੈ ਕੇ ਹੁਣੇ ਮਾਮਲਾ ਬਹੁਤ ਜ਼ਿਆਦਾ ਭੱਖ ਗਿਆ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆਇਆ ਤੇ ਕਹਿੰਦੇ ਕਿ ਇਹਦੇ ਉੱਪਰ ਹੁਣ ਕਾਰਵਾਈ ਕੀਤੀ ਜਾਊਗੀ ਪਰ ਗੱਲ ਇਹ ਹੈ ਕਿ ਪਤਾ ਨਹੀਂ ਸਾਰਾ ਤਾਣਾ ਬਣਾ ਜਾਣਾ ਕੁਝ ਅਜੀਬ ਜਿਹਾ ਹੀ ਲੱਗਣ ਲੱਗਾ ਕਿਉਂਕਿ ਜਦੋਂ ਤੁਸੀਂ ਗੱਲ ਨੂੰ ਲੁਕੋ ਰਹੇ ਹੋ ਆਧਾਰ ਕਾਰਡ ਤੁਸੀਂ ਲੁਕੋ ਰਹੇ ਹੋ ਤੇ ਇੱਥੋਂ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਸੀ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਨਹੀਂ ਪਤਾ ਸੀ ਆਧਾਰ ਕਾਰਡ ਨਾ ਵੀ ਲੁਕੋਣ ਜੀ ਆਧਾਰ ਕਾਰਡ ਦੋਵੇਂ ਧਿਰਾਂ ਆਪਦੇ ਮੂਰੇ ਰੱਖ ਦੇਣ ਤੁਹਾਡੇ ਤੇ ਤਾਂ ਵੀ ਤਾਂ ਪਤਾ ਹੀ ਆ ਵੀ ਦੋਵੇਂ ਕੁੜੀਆਂ ਜੀ 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 ਦਿਸਦਾ ਵੀ ਤਾਂ ਹੈ ਨਾ ਕਿ ਦਿਸਣਾ ਵੀ ਬੰਦ ਹੋ ਗਿਆ ਬਿਲਕੁਲ ਨਹੀਂ ਵੈਸੇ ਮੈਂ ਗੱਲ ਕਰ ਰਹੀ ਆ ਕਿ ਜੇ ਤੁਸੀਂ ਇਹ ਕਹਿੰਦੇ ਹੋ ਵੀ ਸਾਨੂੰ ਪਤਾ ਹੀ ਨਹੀਂ ਸੀ ਤੇ ਫਿਰ ਦੂਜੇ ਪਾਸੇ ਤੁਸੀਂ ਆਧਾਰ ਕਾਰਡ ਲੁਕੋਈ ਜਾਂਦੇ ਹੋ ਤੇ ਫਿਰ ਤਾਂ ਇਹ ਸਾਫ਼ ਹੀ ਪਤਾ ਵੀ ਤੁਹਾਨੂੰ ਪਤਾ ਸੀ ਸਾਰਾ ਤੁਹਾਨੂੰ ਪਤਾ ਸੀ ਤੁਹਾਨੂੰ ਇਹ ਵੀ ਪਤਾ ਇਸ ਗੱਲ ਦਾ ਅਹਿਸਾਸ ਆ ਕਿ ਕੰਮ ਗਲਤ ਕਰ ਰਹੇ ਆ ਗਲਤ ਕਰ ਰਹੇ ਆ ਹਾਂ ਤੇ ਕਿਤੇ ਕੋਈ ਸਬੂਤ ਨਾ ਸਾਡੇ ਕੋਈ ਕਿਸੇ ਦੇ ਹੱਥ ਆ ਜੇ ਇਹਦੇ ਕਰਕੇ ਕੋਸ਼ਿਸ਼ ਕੀਤੀ ਗਈ ਆ ਵੀ ਭਾਈ ਅਸੀਰ ਤੇ ਪਰਦਾ ਵੀ ਪਾ ਲਗੇ ਤੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਜਿਹੜੇ ਬਾਕੀ ਸਿੱਖ ਸੰਗਤਾਂ ਉਹਨਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਵਕਤ ਬਿਆਨ ਕਰੂਗਾ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਕਿ ਗੁਰੂ ਘਰਾਂ ਦੇ ਵਿੱਚ ਦੋ ਕੁੜੀਆਂ ਦੇ ਆਪਸ ਦੇ ਵਿੱਚ ਵਿਆਹ ਹੋਣ ਲੱਗ ਪਏ ਜੀ ਜੀ ਦੋ ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਆ ਅਸੀਂ ਉੱਥੇ ਜਾਣੇ ਆ ਅਸੀਂ ਜ਼ਿੰਦਗੀ ਨੂੰ ਕਿਵੇਂ ਬਸਰ ਕਰਨਾ ਕਿਵੇਂ ਜ਼ਿੰਦਗੀ ਜਿਉਣੀ ਆ ਦੀ ਸ਼ੁਰੂਆਤ ਕਰਨ ਦੇ ਲਈ ਜਾਣੇ ਆ ਅਸੀਂ ਸੌਂ ਚੁੱਕਦੇ ਆ ਪਰ ਇੱਥੇ ਹੋਰ ਹੀ ਕੁਝ ਚੱਲ ਪਿਆ ਕਦੇ-ਕਦੇ ਤਾਂ ਇੰਉਂ ਲੱਗਦਾ ਵੀ ਭਾਈ ਜਿਹੜੇ ਸਾਡੇ ਜਿਹੜੇ ਗ੍ਰੰਥੀ ਸਿੰਘ ਆ ਸਾਡੇ ਸਤਿਕਾਰਯੋਗ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਅਸੀਂ ਰਗੀਆਂ ਦਾ ਢਾਡੀਆਂ ਦਾ ਕਵੀਸ਼ਰਾਂ ਦਾ ਬਹੁਤ ਸਾਰਾ ਸਤਿਕਾਰ ਕਰਦੇ ਆ ਤੇ ਵੱਧ ਕਰਦੇ ਗ੍ਰੰਥੀ ਸਿੰਘਾਂ ਦਾ ਕਰਦੇ ਆ ਅਸੀਂ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਤੁਸੀਂ ਗਵਈਏ ਨੂੰ 10-10 ਲੱਖ ਰੁਪਏ ਦੇ ਦਿੰਨੇ ਆ ਤੇ ਇਹਨਾਂ ਨੂੰ 2100 ਰੁਪਏ ਦੇ ਕਹਿੰਦੇ ਆ ਵੀ ਬਹੁਤ ਆ ਮਾਇਆ ਤੁਹਾਨੂੰ ਸਹੀ ਸਹੀ ਤੁਹਾਡੇ ਲਈ ਮਾਇਆ ਦੀ ਕੀ ਜ਼ਰੂਰਤ ਆ ਜੇ ਉਹਨਾਂ ਨੂੰ ਟੱਬਰ ਪਾ ਲੈਣ ਦੇ ਲਈ 10 ਲੱਖ ਰੁਪਏ ਦੀ ਲੋੜ ਆ ਇਹਨਾਂ ਨੂੰ ਵੀ ਲੱਖ ਰੁਪਏ ਲੈਣਾ ਸ਼ੁਰੂ ਕਰੋ ਸਹੀ ਇਹਨਾਂ ਦਾ ਸਤਿਕਾਰ ਕਰਨਾ ਸ਼ੁਰੂ ਕਰੋ ਜੀ ਇਹਨਾਂ ਦੇ ਹਾਰਮੋਨੀਅਮ ਦੇ ਉੱਤੇ ਗਲਿਆ ਜਾਂ 10 ਰੁਪਏ ਦਾ ਨੋਟ ਰੱਖ ਕੇ ਤੇ ਆਪਾਂ ਇਹ ਗੱਲ ਕਹਿ ਦਿੰਨੇ ਵੇ ਭਾਈ ਬਹੁਤ ਵਧੀਆ ਹੋ ਗਿਆ ਬਹੁਤ ਸੋਹਣਾ ਕਦੇ ਆਪਾਂ ਇਹਨਾਂ ਦੀ ਕਲਾ ਦਾ ਇਹਨਾਂ ਦੇ ਵੱਲੋਂ ਕੀਤੇ ਜਾਂਦੇ ਗੁਰਬਾਣੀ ਗਾਇਨ ਦਾ ਇਹਨਾਂ ਦੇ ਵੱਲੋਂ ਪੇਸ਼ ਕੀਤੇ ਜਾਂਦੀਆਂ ਵਾਰਾਂ ਦਾ ਇਹਨਾਂ ਦੀ ਪ੍ਰਤਿਭਾ ਦਾ ਤਦੇ ਮੁੱਲ ਪੜੋ ਤੇ ਸ਼ੁਰੂ ਕਰ ਗਏ ਜੀ ਨਾਲੇ ਗੱਲ ਇਹ ਆ ਆਪਾਂ ਇਹੀ ਸੋਚ ਲਿਆ ਕਰੀਏ ਵੀ ਇਹਨਾਂ ਨੇ ਸਾਨੂੰ ਇਤਿਹਾਸ ਸੁਣਾਉਣਾ ਹੈ ਇਹਨਾਂ ਨੇ ਸਾਨੂੰ ਕੋਈ ਸਮਝ ਵਾਲੀ ਗੱਲ ਦੱਸਣੀ ਆ ਇਹਨਾਂ ਨੇ ਸਾਡੇ ਖਾਨੇ 'ਚ ਕੁਝ ਪਾਉਣਾ ਤੇ ਉਹਨਾਂ ਦੀ ਅਸੀਂ ਕਦਰ ਨਹੀਂ ਕਰਦੇ ਤੇ ਜਿਨ੍ਹਾਂ ਨੇ ਪਤਾ ਹੀ ਨਹੀਂ ਸਾਨੂੰ ਕੀ ਕੀ ਕੁਝ ਸੁਣਾ ਜਾਣਾ ਸਾਡੀਆਂ ਹੀ ਧੀਆਂ ਭੈਣਾਂ ਦੇ ਬਾਬਤ ਗਾਣੇ ਸੁਣਾ ਕੇ ਤੇ ਸਾਰਾ ਮਤਲਬ ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਆ ਪਰ ਬਹੁਤਾਂ ਦੀ ਗੱਲ ਕਰੀਏ ਤਾਂ ਵੀ ਉਹਨਾਂ ਨੇ ਸਾਨੂੰ ਹੋਰ ਪਤਾ ਨਹੀਂ ਕੀ ਕੀ ਕੁਝ ਸੁਣਾ ਕੇ ਤਾਂ ਉਹਨਾਂ ਨੂੰ ਅਸੀਂ ਫੱਟ ਪੈਸੇ ਵੱਧ ਵੀ ਦੇ ਦਿੰਨੇ ਆ ਸੋ ਥੋੜਾ ਇਹ ਵਿਚਾਰਨਾ ਚਾਹੀਦਾ ਵੀ ਆਪਾਂ ਇਹਨਾਂ ਨੂੰ ਵੀ ਪੈਸੇ ਦਿਆ ਕਰੀਏ। ਮਾ ਚੱਜਦਾ ਵਿਚਾਰ ਪ੍ਰਾਈਮਰ ਸ਼ਾਹ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧਦੇ ਹਾਂ ਹਰਮਨ ਜੀ ਅੱਜ ਨਾ ਮੈਂ ਇੱਕ ਚੁਟਕਲਾ ਪੜਿਆ ਮੈਨੂੰ ਤਾਂ ਇਹ ਬੜਾ ਹਾਸਾ ਅੱਛਾ ਜੀ ਕਹਿੰਦੇ ਵੀ ਇੱਕ ਵਾਰੀ ਇੱਕ ਰੇਲ ਗੱਡੀ ਸਟੇਸ਼ਨ ਤੇ ਰੁਕੀ ਹੂੰ ਉਹਦਾ ਉੱਥੇ 2 ਮਿੰਟ ਦਾ ਸਮਾਂ ਫੇਰ ਉਹਨੇ ਫਿਰ ਸ਼ਕਸ਼ੂਨ 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 ਕਰਦੀ ਨੇ ਅੱਗੇ ਵੱਲ ਜਾਣਾ ਜਿਹੜਾ ਮੁਸਾਫਰ ਸੀ ਉਹ ਤਾਕੀ ਦੇ ਬਚਾਇਆ ਉਹਨੇ ਇੱਕ ਵੀਰ ਨੂੰ ਆਵਾਜ਼ ਮਾਰੀ ਕਹਿੰਦਾ ਬਾਈ ਜੀ ਮਾੜਾ ਪੁਰੇ ਆਈ ਹੂੰ ਕਹਿੰਦਾ ਹਾਂਜੀ ਕਹਿੰਦਾ ਵੀ ਦੇਖ ਦੋ ਕਮਿੰਟ ਲਈ ਘੱਟੀ ਇੱਥੇ ਖੜ੍ਹਦੀ ਆ ਉਹ ਸਾਹਮਣੋਂ ਦੋ ਸਮੋਸੇ ਹੀ ਫੜ ਲਾ ਦੋ ਮੇਰੇ ਲਈ ਫੜ ਲਾ ਦੋ ਆਪਦੇ ਲਈ ਫੜ ਲਾ ਆਲੇ 50 ਰੁਪਏ ਤੇ ਆਪ ਵੀ ਖਾ ਲਈ ਤਾਂ ਮੈਨੂੰ ਵੀ ਲਿਆ ਦੇ ਮੈਨੂੰ ਉਤਰਨਾ ਪਊਗਾ ਫੇਰ ਮੈਂ ਚੜ੍ਹੂੰਗਾ ਕਹਿੰਦਾ ਠੀਕ ਆ ਉਹ ਉਹਨੂੰ ਲਿਆ ਕੇ ਨਾ 25 ਰੁਪਏ ਉਹਨੇ ਵਾਪਸ ਕਰਤੇ ਕਹਿੰਦਾ ਵੀ ਸਮੋਸੇ ਸਿਰਫ ਦੋ ਹੀ ਸੀ ਹੂੰ ਤੇ ਮੈਂ ਆਪਦੇ ਵਾਲੇ ਖਾ ਆਂ ਤੂੰ ਖਾ ਹੋਰ ਦੇਖ ਲਈ ਤਦੋਂ ਆਪ ਦਾ ਸੁਭਾਤਾ ਐਵੇਂ ਹੀ ਲਾ ਜਾਂਦੇ ਕਈ ਲੋਕ ਕਿਹਾ ਦੁਕਾਨ ਤੇ ਦੋ ਹੀ ਸੀਗੇ ਤੂੰ ਕਹੇ ਸੀ ਵੀ ਦੋ ਤੂੰ ਖਾ ਲਈ ਦੋ ਮੈਂ ਖਾ ਲੂੰ ਮੈਂ ਆਪਣੇ ਵਾਲੇ ਖਾ ਲੇ ਮੈਂ ਆਪਦੇ ਵਾਲੇ ਖਾਏ ਮੇਰੇ ਵਾਲੇ ਸੀਗੇ ਉੱਥੇ ਤੇਰੇ ਵਾਲੇ ਐ ਨਹੀਂ ਉਹ ਮੈਨੂੰ ਯਾਦ ਆ ਗਈ ਸਾਡੇ ਨਾ ਦਫਤਰਾਂ ਦੇ ਵੱਲ ਇੱਕ ਮੁੰਡਾ ਸੀ ਉਹ ਕਿਸੇ ਦੇ ਜਨਮ ਦਿਨ ਦੀ ਪਾਰਟੀ ਤੇ ਸਾਰੇ ਸਾਥੀ ਗਏ ਉਹਨੂੰ ਕਿਹਾ ਕਹਿੰਦੇ ਵੀ ਐ ਕਰ ਵੀ ਬੰਦੇ ਕਣ ਲਾ ਤੇ ਇੰਨੇ ਸਮੋਸੇ ਲਿਆ ਹੂੰ ਉਹਨੇ ਬੰਦੇ ਗਿਨੇ ਮੇਰੇ ਖਾਲ 16 ਜਾਂ 17 ਬੰਦੇ ਹੂੰ ਤੇ ਕਹਿੰਦੇ ਵੀ ਆ ਲੈ 17 ਨੂੰ ਕੀਤੀ 5 ਨਾਲ ਗੁਣਾ ਤੇ ਕਹਿੰਦੇ ਵੀ ਆ ਲੈ ਪੈਸੇ ਤਸਮੂਸੇ ਲਿਆ ਹੂੰ ਲੋ ਜੀ ਜਦੋਂ ਉਹ ਆਇਆ ਤੇ ਸਮੋਸੇ ਵਿੱਚੋਂ 16 ਨਿਕਲੇ ਅੱਛਾ ਜੀ ਉਹ ਕਹਿੰਦੇ ਵੀ ਭਾਈ ਸਮੋਸੇ ਤੇਨੂੰ 17 ਕਿਵੇਂ ਤੋਂ ਬੰਦੇ ਗਿਣੇ ਨੀਗੇ ਕਹਿੰਦੇ ਗਿਣੇ ਆ ਹੂੰ ਕਹਿੰਦਾ ਤੁਸੀਂ ਮੈਨੂੰ ਕਹਿਣਾ ਹੀ ਸੀਗਾ ਵੀ ਦੇਖ ਵੀਰੇ ਤੂੰ ਵੀ ਖਾ ਹਾਂ ਮੈਂ ਆਪਦਾ ਗਰਮਗਰਮੀ ਖਾਇਆ ਜੋ ਉੱਤੀ ਕੰਮ ਬਕਾਤਾ ਮੈਂ ਕੰਮ ਨਹੀਂ ਵੀਰੇ ਤੂੰ ਸੋ ਠੰਡੇ ਖਾਣੇ ਹੀ ਥੋੜੀ ਕਿਸਮੇ ਚ ਠੰਡੇ ਲਿਖੇ ਆ ਤੁਸੀਂ ਖਾਓ ਤੁਸੀਂ ਖਾਓ ਮੈਂ ਉਸੇ ਚਟਣੀ ਜੁਟਣੀ ਪਾ ਕਹਿੰਦੇ ਰੀ ਲਿਆਤੀ ਫਿਰ ਪਰ ਇਹ ਚਟਣੀਆਂ ਬਹੁਤਾਂ ਨਹੀਂ ਖਾਣੀਆਂ ਚਾਹੀਦੀਆਂ ਕਿਉ ਇਹ ਮਿਉਨਿਜ਼ਮ ਯੂਨਿਟੀ ਜਿਹੜੀ ਬਾੜੀ ਨਹੀਂ ਖਾਣੀ ਚਾਹੀਦੀ ਇਹ ਵੈਸੇ ਸਵਾਦ ਲੱਗਦੀਆਂ ਆਖੇ ਮਸਟਰਡ ਚਟਨੀ ਆ ਗਈ ਆ ਆ ਪਤਾ ਨਹੀਂ ਕਿਹੜੀ ਸ਼ੇਰਵਾਨੀ ਕਿਹੜੀ ਹੁੰਦੀ ਹੈ ਉਹ ਕਿਹੜੀ ਸ਼ੇਰਵਾਨੀ ਸ਼ੇਜਵਾਨ ਹੁੰਦੀ ਹੈ ਸ਼ੇਜਵਾਨ ਸ਼ੇਰਵਾਨੀ ਸ਼ੇਰਵਾਨੀ ਚਟਨੀ ਠੀਕ ਆ ਸ਼ੇਜਵਾਨ ਆ ਚਟਨੀ ਆ ਗਈ ਆ ਫਲਾਣੀ ਚਟਣੀ ਆ ਗਈ ਆ ਫਲਾਣੀ ਇਹ ਲਗਦਿਆਂ ਸਵਾਦ ਆ ਪਰ ਬਾਅਦ ਵਿੱਚ ਗੋਗੜ ਦਾ ਖੇਤਰਫਲ ਬਹੁਤ ਵਧਾਉਂਦੀਆਂ ਇਹਨਾਂ ਵਿੱਚ ਕੈਲਰੀਜ਼ ਬਹੁਤ ਹੁੰਦੀਆਂ ਜੀ ਇਸ ਕਰਕੇ ਇਹਨਾਂ ਚਟਣੀਆਂ ਤੋਂ ਗਰੇਜ਼ ਕਰੋ ਇਹ ਚਟਣੀਆਂ ਨਾ ਖਾਓ ਜੇ ਖਾਣੀ ਤਾਂ ਕਿਬੜਾਂ ਦੀ ਖਾ ਲੋ ਅਹ ਘਰੇ ਬਣਾਈ ਟਮਾਟਰ ਦੇ ਵਿੱਚ ਗੰਡੇ ਪਾ ਕੇ ਕੁੰਡੇ ਦੇ ਵਿੱਚ ਕੁੱਟ ਕੇ ਆਹਾ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਪੁੰਦਨੇ ਵਾਲੀ ਖਾ ਲੋ ਗੱਲ ਸੁਣੋ ਹਾਂਜੀ ਮੈਨੂੰ ਭਾਵੇਂ ਮਹੀਨੇ ਦੇ 30 ਦੇ 30 ਉਹ ਚਟਣੀ ਖਵਾ ਦਿਓ ਹੂੰ ਗੰਡਿਆਂ ਦੇ ਵਿੱਚ ਟਮਾਟਰ ਕੁੱਟੇ ਹੋਣ ਤੇ ਵਿੱਚ ਉਹਦੇ 2-3 ਹਰੀਆਂ ਮਿਰਚਾਂ ਕੁੱਟੀਆਂ ਹੋਣ ਤੇ ਕੌਲੀ ਭਰ ਕੇ ਉਹ ਦੇ ਦਿਓ ਮੈਂ ਤਿੰਨੇ ਟਾਈਮ ਉਹ ਖਾ ਸਕਦਾ ਵਾਹ 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 ਇਹਨੀ ਚਟਣੀ ਹੈ ਕਰੇ ਬਣਾ ਕੇ ਦੇਖੋ ਹੂੰਦੀ ਬੜੀ ਸਵਾਦ ਹੈ ਜੀ ਸਾਹਿਬ ਵਿੱਚ ਜੇ ਧਨੀਆ ਹੈਗਾ ਥੋੜਾ ਜਿਹਾ ਉਹ ਕੱਟ ਲਓ ਹਾਂ ਪਰ ਜੇ ਬਾਲੀਆਂ ਚੀਜ਼ਾਂ ਨਾ ਹੋਣ ਤਾਂ ਇਹ ਨਹੀਂ ਕਹਿਣਾ ਬਈ ਲੋ ਜਿੱਦੇ ਉਹ ਹੋਇਆ ਉਦੋਂ ਇਹ ਤਾਂ ਬਹਾਨਾ ਵੀ ਭਾਈ ਨਾ ਬੇਬੇ ਧਨੀਆ ਲੈ ਕੇ ਆਵੇ ਨਾ ਆਪ ਲਿਆਉਣਾ ਕੰਮ ਤਾਂ ਹੁੰਦਾ ਨਹੀਂ ਜੀ ਪਰ ਆਪਾਂ ਕਹਿੰਦੇ ਮਕੂਂਡਾ ਤਾਂ ਨਹੀਂ ਚੱਖਿਆ ਘੋਟਣਾ ਬਿਲਕੁਲ ਸਹੀ ਹੈ ਪਰ ਗੱਲ ਇਹ ਹੈ ਕਿ ਜਿਵੇਂ ਭਾਰ ਇੱਕਦਮ ਵਧਿਆ ਜਿਹੜਾ ਉਹ ਨੁਕਸਾਨਦਾਇਕ ਹੁੰਦਾ ਹੈ ਓਵੇਂ ਇੱਕਦਮ ਘਟਾਇਆ ਵੀ ਨੁਕਸਾਨਦੇ ਹੁੰਦਾ ਹੌਲੀ ਹੌਲੀ ਘਟਾ ਮੀਨੇ ਦਾ 4 ਕਿਲੋ 5 ਕਿਲੋ ਜੇਕਰ ਬਹੁਤ ਤੁਸੀਂ ਮੈਂ ਨਾ ਵੀ ਸਿਰੇ ਹੀ ਨਹੀਂ ਕੋਈ ਪਰਹੇਜ਼ ਕਰਦੇ ਹੋ ਗੱਲ ਦਾ ਫਿਰ ਤੁਹਾਡਾ ਮੀਨੇ ਦਾ 3 4 5 ਕਿਲੋ ਘਟ ਸਕਦਾ ਜੀ ਪਰ ਜੇ ਤੁਸੀਂ ਕੋ ਵੀ ਲੈ ਜਹਾਨ ਤੋਂ ਲੈ ਕੇ ਜਾਣਾ ਹਮ ਸ਼ਰੀਰ ਹੀ ਜਾਣਾ ਨਾਲ ਸ਼ਰੀਰ ਹੀ ਆ ਇਹ ਕੜਾਪ ਤੁਰ ਕੇ ਜਾਣਾ ਕਿਸੇ ਨੇ ਚੱਕ ਹੀ ਲੈਣਾ ਜੀ ਐ ਨਹੀਂ ਘਟਦਾ ਬਿਲਕੁਲ ਨਹੀਂ ਘਟਦਾ ਪਰ ਇੰਨਾ ਵੀ ਨਾ ਭਾਰ ਘਟਾਓ ਕਿ ਜ਼ਿੰਦਗੀ ਤੋਂ ਹੀ ਹੱਥ ਧੋ ਬੈਣ ਹੁਣ ਇੱਕ ਬੀਬੀ ਆ ਇੰਗਲੈਂਡ ਵੱਲ ਦੀ ਇਹਨੇ ਇੱਕ ਵਰੇ ਦੇ ਵਿੱਚ 45 ਕਿਲੋ ਭਾਰ ਘਟਾਇਆ ਜੀ 45 ਕੇਜੀ ਓ ਮਾਈ ਗਾਡ ਇਨੇ ਜਦੋਂ ਘਟਾਇਆ ਨਾ ਇਹਦੀ ਸਿਹਤ ਦੇ ਵਿੱਚ ਕਈ ਤਰ੍ਹਾਂ ਦੇ ਵਿਗਾੜ ਆ ਗਏ ਹੂੰ ਇਹ ਕਹਿੰਦੇ ਵੀ ਨਾ ਉਹ ਜਿਹੜਾ ਕੀ ਹੁੰਦੇ ਆ ਉਹ ਬਣਾਉਂਦੇ ਇਨਫਲੂਐਂਸਰ ਇਹ ਇਨਫਲੂਐਂਸਰ ਤਾਂ ਹੈ ਉਹ ਕੀ ਬਣਾਉਂਦੇ ਹੁੰਦੇ ਅੱਜ ਕੱਲ ਬਲੌਗ ਹਾਂਜੀ ਬਲੌਗ ਬਣਾਉਂਦੀ ਹੁੰਦੀ ਸੀ ਵੀ ਭਾਈ ਤੁਸੀਂ ਭਾਰ ਕਿਵੇਂ ਘਟਾਓ ਐਕਸਰਸਾਈਜ਼ ਕਿਵੇਂ ਕਰੋ ਕੀ ਖਾਓ ਤੇ ਕੀ ਨਾ ਖਾਓ ਜੀ ਪਰ ਇਨੇ ਆਵਦਾ ਭਾਰ ਘਟਾ ਇਹ ਨਾ ਲਿਆ ਇੱਕ ਵਾਰੇ ਦੇ ਵਿੱਚ ਇਹਦੇ ਸਿਹਤ ਦੇ ਵਿੱਚ ਅੰਗਾਂ ਦੇ ਵਿੱਚ ਕਈ ਕਿਸਮ ਦੇ ਵਿਗਾੜ ਪੈਦਾ ਹੋ ਗਏ ਹੂੰ ਤੇ ਉਹ ਮਰ ਗਈ ਹੂੰ ਤੇ ਉਹ ਜਹਾਨੋਂ ਧੁਰ ਗਈ ਹਾਂਜੀ ਕਿਉਂ ਐ ਦੁਖਿਆ ਦੁਖ ਤਾਂ ਹੋਣਾ ਲਾਜ਼ਮੀ ਹੈ ਜ਼ਰੂਰ ਹੋਣਾ ਲਾਜ਼ਮੀ ਹੈ ਟਾਣਾ ਸਾਹਿਬ ਮੈਂ ਹੱਸੀ ਇਸ ਲਈ ਆ ਕਿ ਥੋੜਾ ਜਿਹਾ ਆਪ ਜੀ ਨੂੰ ਵੀ ਵਿਚਾਰ ਕਰਨਾ ਚਾਹੀਦਾ ਇਸ ਬਾਰੇ ਮੈਂ ਨਹੀਂ ਮਰਦਾ ਗੱਲ ਇਹ ਨਹੀਂ ਐ ਸਿਰੇ ਵਾਲੀ ਨਾ ਸੁਣਿਆ ਕਰੋ ਆਪਣੀ ਪੰਜਾਬੀ ਦੀ ਆਦਤ ਹੋਣੀ ਐ ਮੈਂ ਤਾਂ ਪੰਜਾਂ ਛਿਆਵੇਂ ਸੱਤ ਮਹੀਨਿਆਂ ਦੇ ਵਿੱਚ ਆਪਣੇ ਪੰਜਾਬੀਆਂ ਦੀ ਪਤਾ ਨਹੀਂ ਕਿਉਂ ਇਹ ਆਦਤ ਜਾਂਦੀ ਨਹੀਂ ਕਿ ਕੁਝ ਵੀ ਹੋ ਜੇ ਜੇ ਉਧਾਰ ਦੀ ਗੱਲ ਕਰ ਲੋ ਪੈਸੇ ਦੇ ਦਾਂਗੇ ਮਰਤਾਂ ਚੱਲੇ ਜੇ ਕੁਛ ਮੰਗ ਲਓ ਮਰਤਾ ਨਹੀਂ ਚੱਲੇ ਜੇ ਮਤਲਬ ਕੁਛ ਵੀ ਕਹਿ ਦੋ ਮਰਤਾ ਨਹੀਂ ਚੱਲੇ ਆਪਾਂ ਅੰਤਲੀ ਗੱਲ ਕਿਉਂ ਸੁਣਾਉਣੀ ਹੁੰਦੀ ਹੈ ਦੱਸਦਾ ਨਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਅੰਤਲੀ ਗੱਲ ਤੋਂ ਵੀ ਬਾਅਦ ਕਿਸੇ ਨੂੰ ਕਹੀ ਸਮਝ ਨਹੀਂ ਆਉਂਦੀਆਂ ਗੱਲਾਂ ਹਾਂ ਸਹੀ ਗੱਲ ਅੱਛਾ ਜੀ ਇਸ ਕਰਕੇ ਮੈਂ ਤਾਂ 6-7 ਮਹੀਨਿਆਂ ਦੇ ਵਿੱਚ 16 ਕਿਲੋ ਘਟਾਇਆ ਤੇ ਉਹਨੇ ਸਾਲ 'ਚ ਹੀ 45 ਕਿਲੋ ਘਟਾਇਆ ਸੀ ਜੇ ਮੈਂ 7 ਮਹੀਨਿਆਂ ਦੇ ਵਿੱਚ ਮੈਂ 16 ਕਿਲੋ ਘਟਾਇਆ ਤੇ ਇਹ ਗੱਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਆ ਹਾਂ ਇਹ ਸਭ ਨਾਲ ਤਾਂ ਮੈਂ ਹੁਣ ਐਡਾ ਕੀ ਹੁੰਦਾ ਸਾਢੇ 16 ਕਿਲੋ ਤਾਂ ਘਟਿਆ ਐ ਇਹਨੇ ਮਹੀਨਿਆਂ ਦੇ ਵਿੱਚ ਕਿਉਂਕਿ ਦਫਤਰ ਸਾਰਾ ਤੁਹਾਡੇ ਮਗਰ ਸੀ ਤੁਹਾਡੇ ਮਾਤਾ ਜੀ ਤੁਹਾਡੇ ਮਗਰ ਸੀ ਵੀ ਨਹੀਂ ਆ ਵੀ ਖਾ ਆ ਵੀ ਖਾ ਆ ਵੀ ਖਾ ਜੇਕਰ ਉਹ ਵੀ ਨਾ ਖਾਦਾ ਹੁੰਦਾ ਤੇ ਇਹ ਸਾਢੇ 16 ਹੀ ਥਾ 32 ਹੋਣਾ ਸੀ ਮਤਲਬ ਕਹਿਣ ਦਾ ਇਹ ਤਾਂ ਮੈਂ ਬੋਲੀ ਜਾਂਦੇ ਆ ਮਤਲਬ ਕਹਿਣ ਦਾ ਇਹ ਹੈ ਜੀ ਕਿ ਜਦੋਂ ਭਾਰ ਘਟਾਉਣਾ ਹੈ ਇੱਕ ਤਾਂ ਕਦੇ ਵੀ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਚੀਜ਼ ਖਾਣੀ ਸ਼ੁਰੂ ਜਾਂ ਖਾਣੀ ਬੰਦ ਨਹੀਂ ਕਰਨੀ ਚਾਹੀਦੀ ਕਿਸੇ ਮਾਹਰ ਦੀ ਸਲਾਹ ਲੈ ਕੇ ਫੇਰ ਕਿਸੇ ਚੀਜ਼ ਨੂੰ ਵਰਤਣਾ ਚਾਹੀਦਾ ਹੈ ਹਰ ਇੱਕ ਚੀਜ਼ ਜਿਹੜੀ ਹੈ ਇੱਕ ਪੱਧਰ ਤੱਕ ਹੀ ਚੰਗੀ ਹੁੰਦੀ ਹੈ ਚਾਹੇ ਉਹ ਬਲੈਕ ਕਾਫੀ ਹੋਵੇ ਚਾਹੇ ਉਹ ਗ੍ਰੀਨ ਟੀ ਹੋਵੇ ਚਾਹੇ ਉਹ ਨਿੰਬੂ ਵਾਲਾ ਪਾਣੀ ਹੋਵੇ ਚਾਹੇ ਕੋਸ਼ਵੀ ਹੋਵੇ ਉਹਦੇ ਬਾਬਤ ਵੀ ਡਾਕਟਰ ਤੋਂ ਮਾਹਰ ਤੋਂ ਸਲਾਹ ਲੈ ਕੇ ਫਿਰ ਹੀ ਉਹ ਚੀਜ਼ ਵਰਤਣੀ ਚਾਹੀਦੀ ਹੈ ਨਹੀਂ ਤਾਂ ਫਾਇਦੇ ਦੀ ਥਾਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਪ੍ਰੋਟੀਨ ਤੇ ਕਾਬਜ਼ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੁਸੀਂ ਪੁੰਗਰ ਕੇ ਹੋਣੇ ਦਾਲਾਂ ਖਾਓ ਅੱਛਾ ਜੀ ਪਨੀਰ ਵੀ ਖਾਓ ਹਾਂ ਦਿਨ ਚ ਦੋ ਤਿੰਨ ਵਾਰੀ ਬਲੈਕ ਕਾਫੀ ਵੀ ਪੀ ਲਓ ਹਾਂ ਜੀ ਪਰ ਇੱਕ ਵਾਰ ਦੁੱਧ ਵਾਲੀ ਵੀ ਪੀ ਲੋ ਵਿੱਚ ਮਿੱਠਾ ਨਹੀਂ ਪਾਉਣਾ ਠੀਕ ਆ ਦੋ ਵਾਰੀ ਗ੍ਰੀਨ ਟੀ ਵੀ ਪੀ ਲੋ ਹਾਂਜੀ ਤੇ ਰਾਤ ਨੂੰ ਰੋਟੀ ਨਹੀਂ ਖਾਣੀ ਭਾਵੇਂ ਵੱਡੇ ਜਾਉ ਇਹਨਾਂ ਦੇ ਮਗਰ ਨਾ ਲੱਗਿਓ ਜੀ ਡਾਕਟਰ ਨੂੰ ਪੁੱਛ ਕੇ ਤਾਂ ਫੇਰ ਆਪਣੀ ਡਾਈਟਿੰਗ ਡਿਊਟੀ ਸ਼ੁਰੂ ਕਰਿਓ ਕਰ ਸੁਣੋ ਹਾਂਜੀ 6 ਵਜੇ ਤੋਂ ਬਾਅਦ ਕੋਈ ਤੁਹਾਨੂੰ ਇਹ ਗੱਲ ਕਵੇ ਵੀ ਲੱਖ ਰੁਪਿਆ ਨਾਲ ਦੇਉਂਗਾ ਤਿੰਨ ਫੁਲਕੇ ਖਾ ਲੈ ਤੁਸੀਂ ਖਾਣੇ ਨਹੀਂ ਕਣਕ ਮੈਦਾ ਚੌਲ ਤੇ ਦੁੱਧ ਤੋਂ ਬਣੀ ਕੋਈ ਵੀ ਚੀਜ਼ ਤੇ ਖੰਡ ਤੋਂ ਬਣੀ ਕੋਈ ਵੀ ਚੀਜ਼ 6 ਵਜੇ ਤੋਂ ਬਾਅਦ ਤੁਸੀਂ ਨਹੀਂ ਖਾਣੀ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੇ ਭਾਵੇਂ ਤੁਸੀਂ ਜੋ ਮਰਜ਼ੀ ਪਾਪੜ ਵੇਲ ਲਓ ਜੇ ਤੁਸੀਂ 6 ਵਜੇ ਤੋਂ ਬਾਅਦ ਵਾਲਾ ਕੰਮ ਬੰਦ ਨਾ ਕੀਤਾ ਤੁਹਾਡਾ ਕੁਝ ਨਹੀਂ ਬਣਨਾ ਤੇ ਇੱਕ ਮੇਰੀ ਬੇਨਤੀ ਹੋਰ ਆ ਵੀ ਡਾਕਟਰ ਦੀ ਵੀ ਰਾਇ ਲੈ ਲਿਓ ਬਾਅਦ ਵਿੱਚ ਕਹੋ ਵੀ ਪਟਾਣੇ ਨੇ ਇਹ ਗੱਲ ਕਹੀ ਸੀ ਕਿਉਂਕਿ ਟਾਣੇ ਨੇ ਆਪਣੇ ਡਾਕਟਰਾਂ ਨੂੰ ਪੁੱਛਿਆ ਤੇ ਤੁਸੀਂ ਭਾਈ ਆਪਣੇ ਡਾਕਟਰਾਂ ਨਾਲ ਰਾਇ ਕਰ ਲਓ ਇਹ ਸ਼ੁਰੂਆਤ ਚ ਹੀ ਇਹ ਗੱਲ ਕਹਿ ਦਿੱਤੀ ਸੀ ਪੰਜਾਬੀ ਚ ਹੀ ਕਹੀ ਸੀ ਜੀ ਹਾਂ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਜੇਕਰ ਤੁਸੀਂ ਭਵਿਕ ਦੇ ਵਿੱਚ ਅਨਿਲਕਪੂਰ ਦਾ ਕੋਈ ਵੀ ਡਾਇਲੋਗ ਬੋਲਿਆ ਤਾਂ ਥੋੜੇ ਤੇ ਪਰਚਾ ਦਰਜ ਹੋ ਜਾਣਾ ਮੈਂ ਕਾਹਨੂੰ ਬੋਲਣਾ ਗੱਲ ਕਰਦਾ ਵੈਸੇ ਅੱਛਾ ਜੀ ਉਹ ਚੌਥੇ ਗ੍ਰਹਿਣ ਕਰਨ ਲੱਗ ਜਾਂਦਾ ਕੋਈ ਨਾ ਕੋਈ ਉੱਠ ਕੇ ਵੀ ਕਰਤੇ ਹਾਂ ਪਿਆਰ ਮਿਸਟਰ ਇੰਡੀਆ ਸੀ ਆਹਾ ਜੇ ਇਦਾਂ ਦੀ ਗੱਲ ਅਨਿਲਕਪੂਰ ਦੇ ਵਿੱਚ ਨਹੀਂ ਕੱਢੀ ਹਾਂ ਕਿਸੇ ਨੇ ਵੀ ਹੂੰ ਤੇ ਫਿਰ ਉਹ ਤੇ ਪਰਚਾ ਦਰਜ ਹੋਊ ਪਰ ਇਹ ਤਾਂ ਗਾਣਾ ਸੀ ਇਹ ਕੋਈ ਸੰਵਾਦ ਥੋੜੀ ਹੈ ਸੰਵਾਦ ਨਹੀਂ ਪਰ ਜਿਹਦੀ ਸ਼ਖਸੀਅਤ ਦੇ ਨਾਲ ਜਿਹੜੀ ਪਛਾਣ ਚ ਨੇ ਜੁੜ ਗਿਆ ਜੀ ਜੇਕਰ ਆਪਾਂ ਉਹ ਵਰਤਿਆ ਜਿਵੇਂ ਅਨਿਲਕਪੂਰ ਜਕਾਸ ਹਮ ਆਗਲ ਕਹਿੰਦਾ ਨਾ ਡਾਇਲੋਗ ਆ ਉਹਦਾ ਵੀ ਇਹ ਜਕਾਸ ਉਹਦਾ ਹੀ ਆ ਇਹ ਹੋਰ ਨਹੀਂ ਕੋਈ ਬੋਲ ਸਕਦਾ ਹੋਰ ਨਹੀਂ ਕੋਈ ਬੋਲ ਸਕਦਾ ਤੁਸੀਂ ਕਿਸੇ ਦੀ ਸ਼ਖਸੀਅਤ ਨੂੰ ਵਿਗਾੜ ਕੇ ਪੇਸ਼ ਕਰੋ ਤੁਸੀਂ ਪਤਾ ਨਹੀਂ ਕਿਥੇ ਜਕਾਸ ਕਹਦੇ ਹੋ ਹਮ ਹੁਣ ਤਾਂ ਵਿਕਾਸ ਕਹਿਣ ਵੇਲੇ ਵੀ ਸੋਚਿਆ ਕਰੋ ਵੀ ਦੂਜਾ ਕੋਈ ਜਕਾਸ ਤਾਂ ਨਹੀਂ ਸਮਝਦਾ ਬਿਲਕੁਲ ਅਸੀਂ ਤਾਂ ਕਾਸ ਬਹੁਤ ਕਰਾਂਗੇ ਤੇ ਬਲਨਸਨ ਜ ਵੀ ਜਕਾਸ ਬਹੁਤ ਕਰਾਂਗੇ ਐ ਨਹੀਂ ਜੀ ਬਿਲਕੁਲ ਸੋਚ ਸਮਝ ਕੇ ਦਿੱਲੀ ਦੀ ਮਾਨਯੋਗ ਅਦਾਲਤ ਦੇ ਵੱਲੋਂ ਜੀ ਇਹ ਗੱਲ ਕਹੀ ਗਈ ਹੈ ਵੀ ਅਨਿਲ ਕਪੂਰ ਨੇ ਹੁਣ ਤੱਕ ਸੈਂਕੜੇ ਫਿਲਮਾਂ ਕੀਤੀਆਂ ਕਿੰਨੇ ਵੱਡੇ ਵੱਡੇ ਕੰਮ ਕੀਤੇ ਫਿਲਮ ਨਗਰੀ ਦੇ ਵਿੱਚ ਉਹਦੀ ਪਛਾਣ ਦੇ ਨਾਲ ਕੁਝ ਗੱਲਾਂ ਜੁੜੀਆਂ ਵੀ ਐ ਕਰਕੇ ਵੀ ਇੱਕ ਤਾਂ ਆਹ ਕਰਕੇ ਠੀਕ ਆ ਹਾਂ ਡਾਂਸ-ਡੂਸ ਸਾਰਾ ਹਾਂਜੀ ਹਾਂ ਉੱਚ ਜੱਕਾਸ ਹਾਂ ਨਾਇਕ ਹਮ ਮਿਸਟਰ ਇੰਡੀਆ ਹਮ ਐਦਾਂ ਦੀਆਂ ਗੱਲਾਂ ਜੁੜੀਆਂ ਤੁਸੀਂ ਜਿੱਥੇ ਮਰਜ਼ੀ ਚੱਕ ਕੇ ਜੋੜ ਦਿੰਨੇ ਆ ਉਹ ਤੇ ਐ ਨਹੀਂ ਹੋਊਗਾ ਅੱਛਾ ਜੀ ਉਹ ਕਹਿੰਦੇ ਵੀ ਬੰਦੇ ਦੀ ਸ਼ਖਸੀਅਤ ਦਾ ਸਵਾਲ ਆ ਬੰਦੇ ਦੀ ਪਛਾਣ ਦਾ ਸਵਾਲ ਆ ਹਮ ਬੰਦੇ ਦੀ ਆਜ਼ਾਦੀ ਦਾ ਸਵਾਲ ਆ ਹਮ ਬੰਦੇ ਦੇ ਸਨਮਾਨ ਦਾ ਸਵਾਲ ਆ ਤੇ ਫਿਰ ਤਾਂ ਵਿਕਾਸ ਵੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਸਾਡੇ ਲੀਡਰ ਆ ਉਹਨਾਂ ਦੀ ਜ਼ੁਬਾਨ ਤੇ ਤਾਂ ਹਮੇਸ਼ਾ ਹੀ ਵਿਕਾਸ ਰਹੇਦਾ ਤੇ ਫਿਰ ਇਹ ਤਾਂ ਉਹਨਾਂ ਦੇ ਸਨਮਾਨ ਦੀ ਗੱਲ ਆ ਜੇਕਰ ਉਹਨਾਂ ਦਾ ਵਿਕਾਸ ਬਹੁਤ ਮਸ਼ਹੂਰ ਹੋਇਆ ਹੋਵੇ ਹਾਂਜੀ ਜਿਹੜਾ ਵਿਕਾਸ ਉਹਨਾਂ ਨੇ ਕੀਤਾ ਉਹ ਕਦੇ ਹੋਇਆ ਹੀ ਨਾ ਹੋਵੇ ਉਹਨਾਂ ਦੇ ਵਿਕਾਸ ਦੀ ਬਹਿਜਾ ਬਹਿਜਾ ਕੁੱਲ ਦੁਨੀਆ 'ਚ ਹੋਈ ਹੋਵੇ ਤੇ ਉਹਨਾਂ ਨੇਤਾਵਾਂ ਨੂੰ ਇਸ ਗੱਲ ਦਾ ਡਰ ਹੋਵੇ ਕਿ ਜਿਹੜਾ ਮੇਰੇ ਵਾਲਾ ਵਿਕਾਸ ਆ ਇਹਦੀ ਵਰਤੋਂ ਕਿਤੇ ਦੂਜੀ ਪਾਰਟੀ ਵਾਲਾ ਨਾ ਕਰ ਜੇ ਉਹ ਅਦਾਲਤ ਦਾ ਦਰਵਾਜ਼ਾ ਖੜਕਾਲੀ ਇਹਨਾਂ ਨੇ ਤਾਂ ਕੀਤਾ ਹੀ ਨਹੀਂ ਫਿਰ ਇਸ ਹਾਲ ਨਾਲ ਤਾਂ ਚੁੱਪ ਹੀ ਰਹਿਣਾ ਚਾਹੀਦਾ ਆਪਾਂ ਨੂੰ ਕਿਉਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਲੋਕ ਕਹਿੰ ਉਹ ਬਹੁਤ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਗੱਲਾਂ ਹੋਣੀਆਂ ਚਾਹੀਦੀਆਂ ਅੱਛਾ ਜੀ ਹਾਂ ਤੁਹਾਡਾ ਕੋਈ ਮਸ਼ਹੂਰ ਡਾਇਲੌਗ ਸੰਵਾਦ ਹੈਗਾ ਕੰਕਾ ਹੋਰ ਕਿਸੇ ਨੇ ਕਿਸੇ ਨੂੰ ਚੁੱਪ ਨਹੀਂ ਕਰਨਾ ਹਾਂ ਹਾਂ ਚੁੱਪ ਕਰ ਸਾਰੇ ਜਾਣੀ ਬਾਹਰ ਚਲੋ ਸਾਰੇ ਇਹ ਹੁਣ ਕੋਈ ਨਹੀਂ ਕਹਿ ਸਕਦਾ ਇਹ ਗੱਲਾਂ ਸਿਰਫ ਮੇਰੇ ਤੱਕ ਹੀ ਸੀਮਤਾ ਹੋਣ ਮੈਂ ਵੀ ਅਦਾਲਤ ਦੇ ਵਿੱਚੋਂ ਜਾਬਸਤ ਲੈਣੀ ਆ ਜੀ ਵੀ ਭਾਈ ਆਹ ਗੱਲ ਸਿਰਫ ਸਵਰਨਾ ਕਹਿ ਸਕਦਾ ਅੱਛਾ ਜੀ ਹੋਰ ਕੁਝ ਹੋਰ ਕੁਝ ਬਲੈਕੋਫੀਲਾ ਦਿਓ ਨਹੀਂ ਵਾਕਿਆ ਚਲੋ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਵਾਕਈ ਇਹ ਗੱਲ ਸੱਚੀ ਹੈ ਦੇਖੋ ਕੁਝ ਇੱਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਕੁਝ ਇੱਕ ਨਾਂ ਇਹੋ ਜਿਹੇ ਹੁੰਦੇ ਨੇ ਕੁਝ ਇੱਕ ਕਿਰਦਾਰ ਇਹੋ ਜੇ ਨਿਭਾਏ ਜਾਂਦੇ ਨੇ ਨਾ ਅਦਾਕਾਰਾਂ ਵਾਂ ਦੇ ਵੱਲੋਂ ਅਦਾਕਾਰਾਂ ਦੇ ਵੱਲੋਂ ਕਿ ਉਹ ਚੀਜ਼ਾਂ ਨਾ ਸਦਾ ਹੀ ਉਹਨਾਂ ਦੇ ਨਾਂ ਨਾਲ ਜੁੜ ਜਾਂਦੇ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਬਹੁਤ ਸਾਰੇ ਹੀਰੋ ਹੀਰੋਇਨਸ ਇਹੋ ਜਿਹੇ ਨੇ ਜਿਨ੍ਹਾਂ ਦੇ ਹੋ ਜਾ ਤੁਹਾਨੂੰ ਨਾਂ ਨਾਲ ਚੇਤੇ ਹੋਣ ਪਰ ਉਹਨਾਂ ਦੇ ਕਿਰਦਾਰ ਦਾ ਨਾਂ ਉਹਨਾਂ ਦੇ ਸੰਵਾਦ ਉਹ ਮੁਜ਼ਬਾਨੀ ਚੇਤੇ ਹੁੰਦੇ ਨੇ ਤੇ ਬੰਦਾ ਕਿਤੇ ਵੀ ਉਹ ਵਰਤ ਲੈਂਦਾ ਹੈ ਨਾ ਤੇ ਇਹ ਵਾਕਈ ਇਹ ਚੀਜ਼ਾਂ ਉਹਨਾਂ ਦੇ ਸਨਮਾਨ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਤੋਂ ਪਹਿਲਾਂ ਅਮਤਾਬਚਨ ਦੇ ਵੱਲੋਂ ਵੀ ਅਦਾਲਤ ਦੇ ਵਿੱਚ ਅਰਜ਼ੀ ਪਾਈ ਗਈ ਸੀ ਵੀ ਭਾਈ ਮੇਰੀ ਆਵਾਜ਼ ਹਾਂ ਹਾਂ ਨਮਸਕਾਰ ਮੈਂ ਅਮਤਾਬਚਨ ਬੋਲ ਰਹਾ ਹਾਂ ਆ ਗੱਲਾਂ ਜਿਹੜੀਆਂ ਉਹ ਕਹਿੰਦੇ ਵੀ ਇਸ ਅੰਦਾਜ਼ ਦੇ ਵਿੱਚ ਕਹਿਣ ਵਾਲਿਆਂ ਦੇ ਤੇ ਕਾਨੂੰਨੀ ਕਾਰਵਾਈ ਹੋਵੇ ਉਹ ਕਹਿੰਦੇ ਵੀ ਲੋਕਾਂ ਨੂੰ ਲੁੱਟਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਕੌਣ ਬਣੇਗਾ ਕਰੋੜਪਤੀ ਵਾਲੇ ਦਾ ਮੈਨੂੰ ਫੋਨ ਆ ਗਿਆ ਇੱਕ ਵਾਰੀ ਅੱਛਾ ਇੱਕ ਬੀਬੀ ਦਾ ਫੋਨ ਆਇਆ ਜੀ ਕਹਿੰਦੀ ਨਮਸਕਾਰ ਛਰਲਾ ਬੋਲ ਰਹੀ ਮੈਂ ਕਿ ਛਰਲਾ ਕਹਿੰਦੀ ਨਹੀਂ ਛਰਲਾ ਬੋਲ ਰਹੀ ਮੈਂ ਬੜੀ ਛੇਤੀ ਸਮਝ ਆਇਆ ਮੇਰੇ ਖਿਆਲ ਮੇਰੀ ਵੀ ਗੱਲ ਸਮਝ ਲਾ ਤੁਹਾਡੇ ਇੱਕ ਸਾਥੀ ਦਾ ਫੋਨ ਮੈਨੂੰ ਤਿੰਨ ਚਾਰ ਪਹਿਲਾਂ ਵੀ ਆਇਆ ਸੀ ਅੱਛਾ ਜੀ ਛਰਲਾ ਜਾਂ ਝਰਲਾ ਜੋ ਵੀ ਹੈ ਮੈਨੂੰ ਕਹਿੰਦੇ ਸੀ ਵੀ ਤੇਰਾ 50 ਲੱਖ ਰੁਪਏ ਨਿਕਲਿਆ ਜੈਕਪੌਟ ਨਿਕਲ ਗਿਆ ਹਾਂਜੀ ਤੇ ਤੈਨੂੰ ਲੱਖ ਰੁਪਏ ਜਮ੍ਹਾਂ ਕਰਵਾ ਦੇ ਹੂੰ ਮੈਂ ਕਿਹਾ ਤਿੰਨ ਵਿੱਚੋਂ ਕੱਟ ਲੋ 47 ਰਹਿ ਗਿਆ ਹੂੰ ਸੱਤ ਤੈਨੂੰ ਤੋਹਫਾ ਦਿੱਤਾ ਤੂੰ ਵੀ ਤੀ ਦਿਹਾਣੀ ਆ ਤੀ ਭੈਣਾ ਸਭ ਦੀ ਸਾਝੀ ਹੁੰਦੀਆਂ ਨੇ 40 ਮੇਰੇ ਖਾਤੇ 'ਚ ਪਾ ਦੇ ਹਾਂ ਜੇ ਕੋਈ ਹੋਰ ਗਰੀਬ ਗੁਰਬਾ ਹੈਗਾ 10 ਉਹਨੂੰ ਦੇ ਦੇ ਤੀ ਪਾ ਦੇ ਇਹ ਤੇਰੀ ਮੰਮੀ ਦੇ ਕੋਈ ਲੀੜੇ ਲੂੜੇ ਲੈਣ ਵਾਲੇ ਉਹਨੂੰ ਵੀ ਦੇ ਦੇ ਹਾਂ ਮੈਨੂੰ 35 ਪਾ ਦੇ ਪਰ ਮੈਂ ਕਿਹਾ ਮੈਨੂੰ ਇਹ ਛੁਰਲਾ ਸਾਹਿਬ ਐਂ ਨਹੀਂ ਕਹਿਣਾ ਹੈਲੋ ਤੀ ਤੋਂ ਬਾਅਦ 35 ਨਹੀਂ ਬੰਦੇ ਹੁੰਦੇ 25 ਬੰਦੇ ਹੁੰਦੇ ਛੁਰਲਾ ਸਾਹਿ ਮੈਂ ਭਾਵੇਂ ਘੱਟ ਤੇ ਕਾਮ ਲੋਕਾਂ ਨਾਲੋਂ ਪਰ ਤੁਹਾਡੀਆਂ ਗੱਲਾਂ ਨੂੰ ਸਮਝਦਾ ਜੀ ਬਿਲਕੁਲ ਮੈਨੂੰ ਵੀ ਐਸੀ ਟਾਲਾ ਸਾਹਿਬ ਕਹਿੰਦੇ ਤੁਸੀਂ 1 ਕਰੋੜ ਰੁਪਏ ਜਿੱਤਗੇ ਕੌਣ ਬਣੇਗਾ ਕਰੋੜਪਤੀ ਸੇ ਹਮ ਬੋਲ ਰਹੇ ਹਾਂ ਤੁਸੀਂ 1 ਕਰੋੜ ਰੁਪਏ ਜਿੱਤ ਗਏ ਮੈਂ ਕਿਹਾ ਕੋਈ ਗੱਲ ਨਹੀਂ ਐ ਕਰੋ ਤੁਸੀਂ ਘਰ ਚਲੋ ਮੇਰੇ ਵੱਲੋਂ ਵਾ ਵਾ ਮੈਂ ਬਿਨਾਂ ਕਰੋੜ ਤੋਂ ਸਾਧੋ ਅਜੇ ਵੀ ਤਾਂ ਸਰਿਆ ਹੀ ਹੈ ਤੇ ਮੁੜ ਕੇ ਵੀ ਸਾਰ ਲੂ ਬਹੁਤ ਹੋ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨਜੀ ਇਕਦਮ ਵੀਰ ਬਾ ਸਾਹਮਣੇ ਆਇਆ ਇੱਕ ਯੂਨੀਵਰਸਿਟੀ ਨੇ ਨਵੀਂ ਖੋਜ ਕੀਤੀ ਆ ਕੀ ਕਹਿੰਦੀ ਆ ਯੂਨੀਵਰਸਿਟੀ ਉਹ ਕਹਿੰਦੇ ਜਿਹੜੇ ਭਾਰਤ ਦੇ ਲੋਕ ਆ ਨਾ ਇੱਕ ਖੁਸ਼ੀ ਦਾ ਪਮਾਨਾ ਲੱਭਿਆ ਗਿਆ ਅੱਛਾ ਜੀ ਵੈਸੇ ਤਾਂ ਖੁਸ਼ੀ ਕਦੇ ਬਾਜ਼ਾਰੋਂ ਮੁੱਲ ਨਹੀਂ ਮਿਲਦੀ ਤੁਹਾਡੀਆਂ ਜੇਬਾਂ ਸਾਰੀਆਂ ਰੁਪਈਆਂ ਨਾਲ ਭਰੀਆਂ ਹੋਣ ਤੇ ਇਹ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ ਖੁਸ਼ੀ ਕਿਹੜਾ ਆ ਵੀ ਭਾਈ 2 ਕਰੋੜ ਰੁਪਈਆ ਕਿਲੋ ਚਲਦੀ ਆ ਹੂੰ ਜਾਂ 50 ਲੱਖ ਰੁਪਈਆ ਪਾਈਆ ਚਲਦੀ ਆ ਇਦਾਂ ਨਹੀਂ ਹੁੰਦੀ ਖੁਸ਼ੀ ਤਾਂ ਮਨ ਦਾ ਖੇੜਾ ਟੈਣਾ ਸਾਹਿਬ ਇਹ ਆਪਾਂ ਕਹਿੰਦੇ ਆ ਆਮ ਤੌਰ ਤੇ ਲੋਕ ਵੀ ਇਹੀ ਗੱਲ ਕਹਿੰਦੇ ਨੇ ਪਰ ਜਿਨ੍ਹਾਂ ਨੇ ਖੋਜ ਕੀਤੀ ਹੈ ਉਹ ਇਹ ਨਹੀਂ ਕਹਿੰਦੇ ਉਹ ਕਹਿੰਦੇ ਕਿ ਆਪਾਂ ਕਹਿ ਆ ਜ਼ਰੂਰ ਦਿੰਦੇ ਆ ਵੀ ਖੁਸ਼ੀ ਖਰੀਦੀ ਨਹੀਂ ਜਾ ਸਕਦੀ ਪੈਸੇ ਨਾਲ ਖੁਸ਼ੀ ਦਾ ਕੋਈ ਸਬੰਧ ਨਹੀਂ ਹੈ ਪਰ ਅਸਲ ਦੇ ਵਿੱਚ ਪੈਸੇ ਨਾਲ ਖੁਸ਼ੀ ਦਾ ਸਬੰਧ ਹੈ ਹਾਂ ਭਾਰਤੀ ਲੋਕ ਪਤਾ ਕਿੰਨੇ ਕ ਪੈਸੇ 'ਚ ਖੁਸ਼ ਹੋ ਜਾਂਦੇ ਆ ਤੁਸੀਂ ਮੇਰੀ ਗੱਲ ਤੇ ਪੂਰੀ ਕੀੜੀ ਫੇਰਨੀ ਸੀ ਫੇਰਤੀ ਮੈਂ ਕਹਾਂ ਦੀ ਯੂਨੀਵਰਸਿਟੀ ਨੇ ਫੇਰਤੀ ਅੱਛਾ ਭਾਰਤੀ ਲੋਕਾਂ ਨੇ ਖੋਜ ਦੇ ਮੁਤਾਬਕ ਪ੍ਰਤੀ ਵਿਅਕਤੀ ਜੇਕਰ 17 ਲੱਖ ਰੁਪਏ ਉਹਦੇ ਕੋਲੇ ਸਾਲ ਦਾ ਹੋਵੇ ਤੇ ਕਹਿੰਦੇ ਬਹੁਤ ਖੁਸ਼ੀ ਮਹਿਸੂਸ ਕਰਦਾ ਮੈਂ ਨਾ ਕਮਾ ਅੱਜਕੱਲ ਤੁਹਾਡਾ ਚਿਹਰਾ ਉੱਡਿਆ ਕਿਉਂ ਹੈ 17 ਲੱਖ ਰੁਪਏ ਮੇਰੇ ਕੋਲੇ ਪ੍ਰਤੀ ਸਾਲ ਕਿੱਥੇੋਂ ਦਾ ਪ੍ਰਤੀ ਮਹੀਨਾ ਕਿੱਥੇੋਂ ਦਾ ਹੋਈ ਤਾਂ ਕਹਿ ਰਹੀ ਹੈ ਤਾਂ ਹੀ ਦਾ ਚਿਹਰੇ ਉੱਡੇ ਹੋਏ ਨੇ ਹਾਂ ਨਹੀਂ ਇਹਨੇ ਕਰਨੇ ਵੀ ਕੀ ਆਪਾਂ ਨਹੀਂ ਮੇਰੀ ਗੱਲ ਸੁਣੋ ਹੈ ਤਾਂ ਮੇਰੇ ਕੋਲ ਵੀ ਨਹੀਂ ਇਹਨੇ ਪਰ ਤਾਂ ਵੀ ਮੈਂ ਤਾਂ ਖਿੜੀ ਰਹਿਣੀ ਆ ਮੈਂ ਤਾਂ ਖੁਸ਼ ਰਹਿਣੀ ਆ ਉਹ ਮੈਨੂੰ ਤਾਂ ਜੈਨਾ ਦਾ ਵੀ ਭਾਈ ਤੁਹਾਡਾ ਰੋਲਾ ਕੋਲਾ ਤੁਹਾਡਾ ਇਹ ਕਾਦਾ ਰੋਲਾ ਕੋਲਾ ਮੇਰਾ ਵੀ ਦੇਖੋ ਪ੍ਰਤੀ ਸਾਲ 17 ਲੱਖ ਰੁਪਏ ਹੁੰਦਾ ਇਹਨਾਂ ਦੇ ਕੋਲੇ ਆਉਂਦਾ ਹੋਵੇ ਨਾ ਤੇ ਜੱਟ ਮौजਾ ਕਰੇ ਫਿਰ ਹਾਂ ਅੱਗੇ ਦੱਸੋ ਅੱਗੇ ਜਿਹੜੇ ਗੱਲ ਹੈ ਅਮਰੀਕਾ ਦੀ ਅਮਰੀਕਾ ਦੇ ਲੋਕ 87 ਲੱਖ ਰੁਪਈਆ ਜਿਹਨਾਂ ਨੂੰ ਸਾਲਾਨਾ ਹੋਵੇ। ਨਾ ਮਹਿੰਗਾ ਵੀ ਹੈ ਨਾ ਉੱਥੇ ਮਹਿੰਗਾ ਬੜਾ ਕੁਝ। ਦੇਖੋ ਬੇਸਮੈਂਟ ਦਾ ਕਿਰਾਇਆ ਕਿੰਨਾ? ਨਾਲੇ ਡਾਲਰਾਂ 'ਚ ਇਹ ਕੀਮਤ ਜਿਹੜੀ ਹੈ। ਜਸਟ 83,000 ਰੁਪਈਆ ਦਾ ਇੱਕ ਡਾਲਰ ਚੱਲਦਾ। ਤੇ ਆਪਾਂ ਰੁਪਈਆ 'ਚ ਦੱਸ ਰਹੇ ਹਾਂ। 87 ਲੱਖ ਰੁਪਈਆ ਦੇ ਵਿੱਚ ਇੱਕ ਅਮਰੀਕਨ ਬੰਦਾ ਖੁਸ਼ ਰਹਿੰਦਾ ਸਾਲਾਨਾ। ਜੀ ਬਿਲਕੁਲ ਤੇ ਈਰਾਨ ਦਾ ਬੰਦਾ ਬੜਾ ਹੀ ਮਹਿੰਗਾ ਹੈ। ਅੱਛਾ। ਇਹ 2 ਕਰੋੜ 'ਚ ਜਾ ਕੇ ਖੁਸ਼ ਹੁੰਦਾ। ਉੱਥੇ ਸਮਾਨ ਵੀ ਬੜਾ ਤਕੜਾ ਸੈਂਡਵਿਚ ਬੜਾ ਮਹਿੰਗਾ ਹੁੰਦਾ। ਅੱਛਾ ਗੋਭੀ ਵਾਲਾ ਪਰੌਂਠਾ ਬੜਾ ਤਕੜਾ ਉਹਨਾਂ ਦਾ ਉੱਥੇ ਗੋਭੀ ਵਾਲਾ ਪਰੌਂਠਾ ਕੌਣ ਖਾਂਦਾ ਕੁਝ ਖਾਂਦੇ ਹੀ ਹੋਣੇ ਉਹ ਵੀ ਅੱਛਾ ਜ਼ਰੂਰੀ ਨਹੀਂ ਵੀ ਆਪਾਂ ਜੋ ਖਾ ਰਹੇ ਹਾਂ ਉਹ ਹੀ ਸਾਰੇ ਖਾਂਦੇ ਹੋਣ ਵੈਸੇ ਗੱਲ ਕਰਦਾ ਵੀ ਭਾਈ ਉਹ ਕਹਿੰਦੇ ਵੀ ਖੁਸ਼ੀਆਂ ਨਾ ਜਿਹੜੀਆਂ ਇਹ ਖੁਸ਼ੀ ਦਾ ਮਤਲਬ ਐ ਨਹੀਂ ਵੀ ਜਿਹੜੇ ਕਮਾਈ ਜਾਂਦੇ ਕਮਾਈ ਚ ਖੁਸ਼ੀ ਨਹੀਂ ਨਹੀਂ ਖੁਸ਼ੀ ਦਾ ਮਤਲਬ ਇਹ ਹੈ ਕਿ ਤੁਹਾਡੀ ਜ਼ਿੰਦਗੀ ਸੁਖਾਲੀ ਕਿੰਨੀ ਹੈ ਉਹ ਕਹਿੰਦੇ ਵੀ ਖੁਸ਼ੀ ਸਿਰਫ ਪੈਸੇ ਕਮਾਉਣ ਚ ਨਹੀਂ ਹੂੰ ਇਸ ਖੁਸ਼ੀ ਦਾ ਅਹਿਸਾਸ ਪੈਸੇ ਖਰਚਣ ਦੇ ਵਿੱਚ ਆ ਮੰਨ ਲਓ ਥੋੜਾ ਚਿੱਤ ਕਰਦਾ ਵੀ ਅੱਜ ਮੈਂ ਇੱਕ ਟਵਾ ਨਵੀਂ ਕਢਵਾ ਲਾਂ ਹੂੰ ਤੇ ਤੁਸੀਂ ਜਾਓ ਵੀ ਤੁਸੀਂ ਕਹੋ ਮੈਂ ਆਈ ਅੱਧੇ ਘੰਟੇ ਚ ਇਸ਼ਾ ਤੇ ਸਕੂਟਰ ਹੀ ਲੈ ਕੇ ਤੁਸੀਂ ਗੇਟ ਤੇ ਆਜੋ ਹਾਂ ਤੇ ਅਸੀਂ ਭਾਵੇਂ ਪੁੱਜ ਜਗੇ ਤੁਸੀਂ ਖੁਸ਼ ਹੋ 18 ਦੇ ਵਿੱਚੋਂ 6 ਉਟ ਗਿਆ ਹਾਂ ਥੋੜੇ ਵੱਧ ਗਏ ਅੱਛਾ ਗੱਲ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਕੋਈ ਤੁਰੰਤ ਚੀਜ਼ ਹਾਸਲ ਕਰਨੀ ਇੱਛਾ ਜੜੀ ਜੀ ਉਹ ਤੁਸੀਂ ਕਿੰਨੀ ਕੁ ਤੁਹਾਡੀ ਸਮਰੱਥਾ ਕਿੰਨੀ ਕੁ ਉਹ ਕਹਿੰਦੇ ਖੁਸ਼ੀ ਪੈਸਾ ਖਰਚ ਕੇ ਚੀਜ਼ ਲੈਣ ਦੇ ਵਿੱਚ ਆ ਉਹ ਕਮਾਈ ਜਾਓ ਕਮਾਈ ਜਾਓ ਕਮਾਈ ਜਾਓ ਕਮਾਈ ਜਾਓ ਖਰਚਣ ਦਾ ਹੁਕਮ ਹੀ ਹੈ ਨਹੀਂ ਐਂਉਂ ਨਹੀਂ ਇਹ ਗੱਲਾਂ ਭਾਈ ਸਹਿਨਾ ਸਭ ਕੋਈ ਗੱਲ ਨਹੀਂ ਪੈਸਿਆਂ ਦਾ ਕੀ ਹੈ ਪੈਸੇ ਹੈ ਨਹੀਂ ਹੈ ਖੁਸ਼ੀ ਤੁਹਾਡੇ ਮਨ ਦੀ ਅਵਸਥਾ ਹੈ ਹੂੰ ਤੁਹਾਨੂੰ ਕਿਉਂਕਿ ਗੱਲ ਮੁੱਕਦੀ ਤਾਂ ਆਕੇ ਤੁਹਾਡੀ ਸੈਟੀਸਫੈਕਸ਼ਨ ਤੇ ਆ ਕਿ ਤੁਸੀਂ ਕਿੰਨੀ ਕੁ ਚੀਜ਼ ਦੇ ਵਿੱਚ ਸੰਤੁਸ਼ਟੀ ਮਹਿਸੂਸ ਕਰਦੇ ਹੋ ਨਹੀਂ ਤਾਂ ਜਿਨ੍ਹਾਂ ਦੇ ਕੋਲ ਕਰੋੜਾਂ ਨੇ ਕਈ ਵਾਰ ਮੈਂ ਉਹ ਵੀ ਖੁਸ਼ ਨਹੀਂ ਵੇਖੇ ਜਿਨ੍ਹਾਂ ਦੇ ਕੋਲ ਸਾਰੀਆਂ ਸਹੂਲਤਾਂ ਨੇ ਮੈਂ ਉਹਨਾਂ ਨੂੰ ਵੀ ਕਈ ਵਾਰ ਖੁਸ਼ ਨਹੀਂ ਵੇਖਿਆ ਤੇ ਜਿਹੜਾ ਬੰਦਾ ਵਿਚਾਰਾ ਸੜਕ ਤੇ ਮੰਗ ਕੇ ਗੁਜ਼ਾਰਾ ਕਰਦਾ ਹੋਵੇ ਜਿਹੜਾ ਦਿਹਾੜੀ ਧੱppa ਕਰਨ ਵਾਲਾ ਬੰਦਾ ਜਿਹੜਾ ਮਾਤੜ ਬੰਦਾ ਹੈ ਕਈ ਵਾਰ ਉਹ ਬਹੁਤ ਖੁਸ਼ ਹੁੰਦਾ ਕਿਉਂਕਿ ਉਹਨੂੰ ਸੰਤੁਸ਼ਟੀ ਹੁੰਦੀ ਹੈ ਉਹਨੀ ਚੀਜ਼ ਦੇ ਵਿੱਚ ਸੋ ਇਹ ਚੀਜ਼ਾਂ ਚੋਂ ਸਾਰੀਆਂ ਬਾਅਦ ਦੀਆਂ ਗੱਲਾਂ ਨੇ ਮੈਨੂੰ ਇਹ ਲੱਗਦਾ ਕਿ ਸੰਤੁਸ਼ਟੀ ਹੈ ਜੇਕਰ ਤੁਹਾਡੇ ਕੋਲ ਤੁਸੀਂ ਖੁਸ਼ ਹੋ ਬਿਲਕੁਲ ਸਹੀ ਖੁਸ਼ੀ ਨਹੀਂ ਨਾਪੀ ਜਾ ਸਕਦੀ ਚਲ ਹੁਣ ਆਪਾਂ ਚੱਲਦੇ ਆ ਮੈਨੂੰ ਇਸੇ ਗੱਲ 'ਚ ਖੁਸ਼ੀ ਆ ਵੀ ਭਾਈ ਆਪਾਂ ਹੁਣ ਚੱਲਦੇ ਆ ਤੁਸੀਂ ਵੀ ਖੁਸ਼ ਰਹਿ ਕੇ ਕਰੋ ਠੀਕ ਆ ਹੱਸਿਆ ਖੇਡਿਆ ਕਰੋ ਟੈਣਾ ਸਾਹਿਬ ਖੁਸ਼ ਖਬਰਾਂ ਦਾ ਟਾਈਮ ਹੋ ਜਾਂਦਾ ਅਸੀਂ ਚੱਲਦੇ ਆ ਜੀ ਤੁਸੀਂ ਆਪਣੀ ਪ੍ਰਤੀਕ੍ਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਤੇ ਫਿਲਹਾਲ ਦੋਵੰਨ ਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਅਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਮੌਦੀ ਹਾਜ਼ਰ ਹੈ ਚੰਚੀ ਦਾ ਵੀ ਚਾਹ